Woo!
ਸ਼ੁਰੂ ਹੁੰਦੀ ਹੈ, ਅਸਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੌਤ ਬਾਅਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ। ਆਪਣੀ ਜ਼ਿੰਦਗੀ ਲਾ ਜਾਂਦੇ ਦੇ ਬੂਟੇ ਦੀ ਜੜ ਦੇ ਵਿੱਚ ਖੂਨ ਜਿਗਰ ਦਾ ਪਾ ਜਾਂਦੇ। ਮਹਿਕਾ ਵੰਡਦੀ ਫੁਲਵਾਰੀ, ਮਹਿਕਾ ਵੰਡਦੀ ਫੁਲਵਾਰੀ ਰੂਹ ਆਬਾਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ। ਜਾਂਦੇ ਕੁਰਬਾਨ ਕਦੇ ਪੁਰਜਾ ਪੁਰਜਾ ਘੱਟ ਮਰ ਜਾਂਦੇ ਛੱਡਦੇ ਨਹੀਂ ਮੈਦਾਨ ਕਦੇ। ਅਣਖ ਦੀ ਖਾਤਿਰ ਲੜਦੇ ਲੜਦੇ ਉਹ ਜਾਂਦੇ ਕੁਰਬਾਨ ਕਦੇ। ਪੁਰਜਾ ਪੁਰਜਾ ਘੱਟ ਮਰ ਜਾਂਦੇ ਛੱਡਦੇ ਨਹੀਂ ਮੈਦਾਨ ਕਦੇ। ਹੱਟਦੀ ਨਾ ਕਦੇ ਕਾਲਾ ਟਿੱਕਾ, ਹੱਟਦੀ ਨਾ ਕਦੇ ਕਾਲਾ ਟਿੱਕਾ ਇਹ ਔਲਾਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ। ਹਰ ਦਿਲ ਦੇ ਵਿੱਚ ਸਦਾ ਸਮਾਈ ਰਹਿੰਦੀ ਆਦ ਸ਼ਹੀਦਾਂ ਦੀ।
ਰਹਿੰਦੀ ਆਦਿ ਸ਼ਹੀਦਾਂ ਦੀ ਹਰ ਦਿਲ ਵਿੱਚ ਸਦਾ ਸਮਾਈ ਰਹਿੰਦੀ ਆਦਿ ਸ਼ਹੀਦਾਂ ਦੀ ਆਵਾਜ਼ ਵੀ ਚਾਂਦਨੀ ਹੋ ਸਕਦੀ, ਸੂਰਜ ਬਾਜ ਅੰਧੇਰ ਪਲੋ ਸਕਦਾ, ਪਾਣੀ ਬਾਜ ਵੀ ਜੀਵਿਆ ਜਾ ਸਕਦਾ, ਧਰਤੀ ਬਾਜ ਵੀ ਸੰਸਾਰ ਹੋ ਸਕਦਾ, ਹਵਾ ਬਾਜ ਵੀ ਜ਼ਿੰਦਗੀ ਹੋ ਸਕਦੀ, ਚੱਲਦਾ ਸਮਾਂ ਵੀ ਕਦੇ ਖਲੋ ਸਕਦਾ ਐ, ਪਰ ਗੁਰੂ ਦੇ ਇੱਕ ਦੀਦਾਰ ਬਾਜੋ ਗੁਰਸਿੱਖ ਦਾ ਜੀਵਨ ਨਹੀਂ ਹੋ ਸਕਦਾ। ਵਾਲੀਏ ਦੇ ਆਲਮ ਚਬਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸਬਾਏ ਮਾਨ, ਹਲਤ ਪਲਤ ਦੇ ਰਾਖੇ, ਰਾਜਨ ਰਾਜ ਪਾਨਨ ਪਾਨ ਦੇਵਨ ਦੇ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਵਾਰਗਾ ਦੇ ਵਿੱਚ ਜੁੜ ਬੈਠੇ ਗੁਰੂ ਪਿਆਰਿਓ, ਗੁਰੂ ਸਵਾਰਿਓ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰਨੀ ਹੈ। ਫਤਿਹ ਬੁਲਾਉਣ ਨਾਲ ਵਾਹਿਗੁਰੂ ਦਾ ਦੋ ਵਾਰ ਸਿਮਰਨ ਹੋਇਆ ਕਰਦਾ ਹੈ, ਚੌਂ ਸ਼ਬਦਾਂ ਦੇ ਸਮੇਲ ਨਾਲ ਵਾਹਿਗੁਰੂ ਬਣਦਾ, ਬਾਬਾ ਵਾਸਦੇਵ ਦਾ ਜਾਪ, ਹਾਹਾ ਹਰ ਦਾ ਵੱਡਾ ਪ੍ਰਤਾਪ, ਗੱਗਾ ਗੋਬਿੰਦ ਗੁੜੀ ਨਿਦਾਨ, ਰਾਰਾ ਰਾਮ ਨਾਮ ਪ੍ਰਧਾਨ, ਵਾਹਿਗੁਰੂ ਮੰਤਰ ਦੇ ਅੱਖਰ ਚਾਰ, ਜੋ ਜਨ ਜੱਬੇ ਸੋ ਉਧਰੇ ਪਾਰ, ਜੋ ਜਨ ਚਾਰ ਅੱਖਰ ਨੀ ਕਹਿ ਸਕਦਾ ਉਹ ਸੁਖ ਦੁਨੀਆ ਦੇ ਨੀ ਲੈ ਸਕਦਾ, ਹਰ ਜਿਓ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ, ਵਜਾਇਆ ਬਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਤੇ ਗੁਰੂ ਪਿਆਰਿਓ, ਇਹ ਜਿਹੜਾ ਸਵਾਸਾ ਰੂਪੀ ਵਾਜਾ ਹੈ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਵੱਜਦਾ ਹੈ,
ਸੋ ਸਾਨੂੰ ਹਰ ਸਵਾਸ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਆਓ ਇਸ ਸਵਾਸਾ ਰੂਪੀ ਵਾਜੇ ਨੂੰ ਨਿਰੰਤਰ ਵੱਜਦਿਆਂ ਰੱਖਣ ਦੇ ਵਾਸਤੇ ਮਨ ਅਤੇ ਚਿੱਤ ਨੂੰ ਇਕਾਗਰ ਕਰਦਿਆਂ ਹੋਇਆਂ ਫਤਿਹ ਦੀ ਸਾਂਝ ਪਾਈਏ। ਜੁਗੋ ਜੁਗ ਅਟਲ ਗੁਰੂ ਗ੍ਰੰਥ ਜੀ ਦੇ ਆਓ ਚਰਨਾਂ ਚ ਹਾਜ਼ਰੀ ਲਵਾ ਲਈਏ। ਨਿੱਗੀ ਗੋਦ ਦਾ ਮਿਲੇ ਆਨੰਦ ਸਾਨੂੰ, ਮਨੋਵਿਰਤੀਆਂ ਜ਼ਰਾ ਟਿਕਾ ਲਈਏ। ਸਾਜ ਆਪਣੇ ਦਿਲ ਦੇ ਸੁਰ ਕਰਕੇ ਜਸ ਸੱਜੇ ਪਾਤਸ਼ਾਹ ਦੇ ਗਾ ਲਈਏ। ਦਾਸ ਰਣਧੀਰ ਸਿੰਘ ਕੜਿਆਣਾ ਦੇ ਕਹਿਣ ਤੇ ਆਓ ਗੱਜ ਕੇ ਵਤੇ ਬੁਲਾ ਲਈਏ। ਬੈਠੋ ਜੀ ਸੱਜ ਕੇ, ਆਖੋ ਜੀ ਗੱਜ ਕੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਧੰਤਾ ਦੇ ਜੋਗ ਹੋ, ਬੜੇ ਬੜ ਭਾਗੇ ਹੋ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਧੰਨ ਬਾਬਾ ਲਾਭਦਾਸ ਜੀਆਂ ਦੇ ਅਸਥਾਨਾਂ ਤੇ ਜੁੜ ਬੈਠੇ ਹੋ। ਪਾਵਨ ਪਵਿੱਤਰ ਵਾਰਗਾ ਪਾਵਨ ਪਵਿੱਤਰ ਗੋਦੀ ਦੇ ਵਿੱਚ ਜੁੜ ਬੈਠੇ ਹੋ। ਗੁਰੂ ਪਿਆਰੇ ਗੁਰ ਕਿਰਪਾ ਕਰੇ ਸਮੁੱਚੀ ਸੰਗਤ ਨੂੰ ਚੜ੍ਹਦੀਆਂ ਕਲਾਂ ਗੁਰਸਿੱਖੀ ਜੀਵਨ ਨਾਮਦਾਨ ਬਾਣੀ ਤੇ ਬਾਣੇ ਦੇ ਢਾਲਨੀ ਬਣਾਵੇ। ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ ਜਿਨ੍ਹਾਂ ਨੇ ਆਪਣੇ ਦਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ ਤੇ ਧੰਨਵਾਦ ਸਮੁੱਚੇ ਨਗਰ ਪਡੋਰੀ ਫਗੂੜੇ ਵਾਲਿਆਂ ਦਾ, ਸਮੁੱਚੀ ਕਮੇਟੀ ਦਾ ਜਿਨ੍ਹਾਂ ਨੇ ਆਪ ਰੱਬ ਰੂਪੀ ਸੰਗਤਾਂ ਦੇ ਦਰਸ਼ਨ ਦਿਦਾੜੇ ਤੇ ਜੋੜੇ ਝਾਣ ਦਾ ਸੁਭਾਗਾ ਸਮਾਂ ਦਾਸਾਂ ਦੇ ਜਥੇ ਦੀ ਝੋੜੀ ਵਿੱਚ ਪਾਇਆ ਹੈ। ਗੁਰੂ ਕਿਰਪਾ ਕਰੇ ਸਮੁੱਚੀ ਸੰਗਤ ਨੂੰ ਚੜ੍ਹਦੀਆਂ ਕਲਾਂ ਗੁਰਸਿੱਖੀ ਜੀਵਨ ਨਾਮਦਾਨ ਬਾਣੀ ਤੇ ਬਾਣੇ ਦੇ ਧਾਰਨੀ ਬਣਾਵੇ। ਧੰਨਵਾਦ ਹੈ ਜਿਨ੍ਹਾਂ ਪਰਿਵਾਰਾਂ ਨੇ ਪਰਸੋਂ ਰੋਜ਼ ਤੋਂ ਲੈ ਕੇ ਅਖੰਡ ਜਾਪ ਪ੍ਰੰਭ ਕਰਾਏ, ਆਰੰਭ ਤੋਂ ਮੱਧ ਮੱਧ ਤੋਂ ਅੱਜ ਸੰਪੂਰਨ ਭੋਗ ਪਾਏ, ਭੋਗਾਂ ਤੋਂ ਉਪਰੰਤ ਕੀਰਤਨੀਆਂ ਜਥੇ ਨੇ ਹਾਜ਼ਰੀ ਭਰੀ, ਉਸ ਤੋਂ ਉਪਰੰਤ ਦਾਸਾਂ ਦੇ ਜਥੇ ਨੂੰ ਕੁਝ ਕਹਿਣ ਦਾ ਮੌਕਾ ਬਖਸ਼ਿਆ ਹੈ। ਤਾਂ ਬਿਕੰਤ ਜਹਿ ਕੀਰਤਨ ਤੇਰਾ, ਗੁਰੂ ਪਿਆਰੇ ਜਿੱਥੇ ਸਾਹਿਬਾਂ ਦੀ ਬਾਣੀ ਦਾ ਗੁਣਗਾਨ ਹੁੰਦਾ ਹੈ, ਸਾਹਿਬਾਂ ਦੀ ਬਾਣੀ ਦਾ ਜਾਪ ਹੁੰਦਾ ਹੈ, ਗੁਰੂ ਪਿਆਰੇ ਉਹ ਜਗ੍ਹਾ ਬਿਕੁੰਠ ਬਣ ਜਾਂਦੀ ਹੈ। ਗੁਰੂ ਪਿਆਰੇ ਉਹ ਜਗ੍ਹਾ ਸੱਚ ਖੰਡ ਦੀ ਨਿਆਈ ਹੋ ਜਾਂਦੀ ਹੈ। ਫਿਰ ਸੱਚ ਖੰਡ ਵਿੱਚ ਕਿਸ ਦਾ ਵਸ, ਸੱਚ ਖੰਡ ਵਸੇ ਨਿਰੰਕਾਰ। ਗੁਰੂ ਪਿਆਰੇ ਫਿਰ ਸੱਚ ਖੰਡ ਵਿੱਚ ਨਿਰੰਕਾਰ ਦਾ ਵਾਸਾ ਹੋ ਜਾਂਦਾ ਤੇ ਗੁਰੂ ਪਿਆਰੇ ਨਿਰੰਕਾਰ ਕੌਣ ਹੈ? ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਜਿੱਥੇ ਜਾਏ ਬਹਿ ਮੇਰਾ ਸਤਿਗੁਰ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰੂ ਪਿਆਰੇ ਸਿੱਖ ਥੜਿਆਂ ਦਾ ਪੁਜਾਰੀ ਨਹੀਂ, ਗੁਰੂ ਪਿਆਰੇ ਸਿੱਖ ਦਰਖਤਾਂ ਦਾ ਪੁਜਾਰੀ ਨਹੀਂ, ਪਰ ਗੁਰੂ ਪਿਆਰੇ ਜਿੱਥੇ ਮੇਰੇ ਸਾਹਿਬਾਂ ਦੇ ਚਰਨ ਪੈ ਗਏ ਨੇ ਉਹ ਥੜੇ ਪੂਜਣ ਯੋਗ ਹੋ ਗਏ, ਉਹ ਥੜੇ ਤੋਂ ਥੜਾ ਸਾਹਿਬ ਬਣ ਗਿਆ। ਗੁਰੂ ਪਿਆਰੇ ਟਾਲੀ ਤੋਂ ਟਾਲੀ ਸਾਹਿਬ ਬਣ ਗਿਆ, ਬੇਰ ਤੋਂ ਬੇਰ ਸਾਹਿਬ ਬਣ ਗਿਆ, ਗੁਰੂ ਪਿਆਰੇ ਪਿੱਪਲ ਤੋਂ ਪਿੱਪਲੀ ਸਾਹਿਬ ਬਣ ਗਿਆ। ਆਓ ਗੁਰੂ ਪਿਆਰੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ, ਜਿੱਥੇ ਤੁਸੀਂ ਤਨ ਕਰਕੇ ਸਾਹਿਬਾਂ ਦੇ ਚਰਨਾਂ ਵਿੱਚ ਜੁੜ ਬੈਠੇ ਹੋ, ਉੱਥੇ ਅਰਦਾਸ ਕਰਿਓ ਕਿ ਜਿਹੜਾ ਸਾਡਾ ਮਨ ਹੈ ਉਹ ਵੀ ਸਾਹਿਬਾਂ ਦੇ ਚਰਨਾਂ ਦੇ ਵਿੱਚ ਜੁੜ ਜਾਵੇ। ਤੇ ਗੁਰੂ ਪਿਆਰਿਓ ਮੇਰਾ ਗੁਰੂ ਬਾਬਾ ਫਰਮਾਉਂਦਾ ਹੈ ਜਿਹੜਾ ਮਨ ਕਰਕੇ ਸਾਹਿਬਾਂ ਦੇ ਚਰਨਾਂ ਵਿੱਚ ਆਉਂਦਾ ਹੈ ਨਾ, ਉਹਦਾ ਆਉਣਾ ਪ੍ਰਵਾਨ ਹੁੰਦਾ ਹੈ, ਉਹਦਾ ਆਉਣਾ ਸਫਲ ਹੁੰਦਾ ਹੈ। ਜੇ ਕੋ ਗੁਰਸੇਤੀ ਸਨਮੁਖ ਹੋਵੇ ਹੋਵੇ ਸਨਮੁਖ ਸਿੱਖ ਕਈ ਜੀਓ ਰਹੇ ਕਨਾਲੇ। ਜਿਹੜਾ ਮਨ ਕਰਕੇ ਸਾਹਿਬਾਂ ਦੇ ਚਰਨਾਂ ਵਿੱਚ ਆਉਂਦਾ ਨਾ ਗੁਰੂ ਪਿਆਰਿਓ, ਉਹਦਾ ਆਉਣਾ ਪ੍ਰਵਾਨ ਹੁੰਦਾ ਹੈ, ਉਹਦਾ ਆਉਣਾ ਸਫਲ ਹੁੰਦਾ ਹੈ। ਪਰ ਕਈ ਵਾਰ ਮੇਰੇ ਵਰਗੇ ਮਨੁੱਖ ਦੇ ਮਨ ਦੇ ਵਿੱਚ ਹੰਕਾਰ ਹਉਮੈ ਆ ਜਾਂਦਾ ਹੈ,
ਉਹ ਕਹਿੰਦਾ ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ, ਮੇਰੇ ਤੋਂ ਵੱਡਾ ਕੋਈ ਸਤ ਸੰਗੀ ਨਹੀਂ, ਪਰ ਗੁਰੂ ਪਿਆਰੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰੇ। ਗੁਰੂ ਪਿਆਰੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਭੇਜਿਆ ਇਨਸਾਨ ਇਸ ਧਰਤੀ ਤੇ ਆਉਂਦਾ ਹੈ ਤੇ ਉਹਦੀ ਹੀ ਕਿਰਪਾ ਦੇ ਨਾਲ ਗੁਰੂ ਪਿਆਰਿਓ ਇਹ ਜਿਹੜੀਆਂ ਸਤਸੰਗ ਦੀਆਂ ਘੜੀਆਂ ਨਸੀਬ ਹੁੰਦੀਆਂ ਨੇ। ਬਿਨ ਭਾਗਾ ਸਤਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀ ਜੇ ਜੀਉ। ਗੁਰੂ ਪਿਆਰਿਓ ਇਹ ਜਿਹੜੀਆਂ ਸਤਸੰਗ ਦੀਆਂ ਘੜੀਆਂ ਨਾ ਬਿਨ ਭਾਗਾ ਤੋਂ ਨਸੀਬ ਨਹੀਂ ਹੁੰਦੀਆਂ ਤੇ ਮੇਰਾ ਗੁਰੂ ਬਾਬਾ ਫਰਮਾਉਂਦਾ ਵੀ ਇਸ ਸਤਸੰਗ ਨੂੰ ਕੀਤਿਆਂ ਬਿਨਾ ਸਾਡਾ ਮਨ ਕਈਆਂ ਕਈਆਂ ਜਨਮਾਂ ਦਾ ਜਿਹੜਾ ਕਾਲਾ ਹੋ ਚੁੱਕਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ। ਗੁਰੂ ਪਿਆਰਿਓ ਇਹ ਮਨ ਜਨਮਾਂ ਜਨਮਾਂ ਦਾ ਸਤਸੰਗ ਤੋਂ ਬਗੈਰ ਕਾਲਾ ਹੋ ਚੁੱਕਾ ਹੈ ਤੇ ਫਿਰ ਮੇਰਾ ਗੁਰੂ ਬਾਬਾ ਕਹਿੰਦਾ ਇਹਨੂੰ ਧੋਣਾ ਕਿੱਦਾਂ ਹੈ। ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸ ਕੇ। ਤੇ ਗੁਰੂ ਪਿਆਰਿਓ ਜਿਹੜੇ ਸਾਡੇ ਤਨ ਦੀ ਮੈਲ ਹੈ ਉਹਨੂੰ ਅਸੀਂ ਪਾਣੀ ਦੇ ਨਾਲ ਧੋ ਸਕਦੇ ਹਾਂ। ਮੂਤ ਪਲੀਤੀ ਕੱਪੜ ਹੋਵੇ ਤੇ ਸਾਬਣ ਲਈ ਉਹ ਧੋਏ। ਤੇ ਗੁਰੂ ਪਿਆਰਿਓ ਜਿਹੜੀ ਸਾਡੇ ਕੱਪੜਿਆਂ ਦੀ ਮੈਲ ਹੈ ਉਹਨੂੰ ਅਸੀਂ ਸਾਬਣ ਦੇ ਨਾਲ ਧੋ ਸਕਦੇ ਹਾਂ। ਭਰੀਏ ਮੱਤ ਪਾਪਾਂ ਕੇ ਸੰਗ। ਤੇ ਗੁਰੂ ਪਿਆਰਿਓ ਫਿਰ ਜਿਹੜੀ ਸਾਡੀ ਮੱਤ ਹੈ ਪਾਪਾਂ ਦੇ ਨਾਲ ਲੱਗੀ ਹੋਈ ਹੈ ਉਹਨੂੰ ਫਿਰ ਧੋਣਾ ਕਿਵੇਂ ਹੈ। ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਵੇ ਨਾਮੇ ਕੇ ਰੰਗ। ਤੇ ਫਿਰ ਨਾਮੇ ਦਾ ਰੰਗ ਚੜ੍ਹਨਾ ਕਿੱਥੇ ਹੈ। ਨਾਮੇ ਦਾ ਰੰਗ ਚੜ੍ਹਨਾ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਇਆ। ਗੁਰੂ ਪਿਆਰਿਓ ਇੱਥੇ ਮੇਰਾ ਗੁਰੂ ਬਾਬਾ ਆਪੇ ਸਵਾਲ ਕਰਦਾ ਹੈ ਤੇ ਆਪੇ ਜਵਾਬ ਦਿੰਦਾ ਹੈ ਕਿ ਸਤ ਸੰਗਤ ਕੈਸੀ ਜਾਣੀਏ। ਤੇ ਗੁਰੂ ਪਿਆਰਿਓ ਸੰਗਤ ਕਈਆਂ ਤਰ੍ਹਾਂ ਦੀ ਹੈ। ਸੰਗਤ ਚੋਰਾਂ ਦੀ ਹੈ, ਸੰਗਤ ਸਾਧਾਂ ਦੀ ਹੈ, ਸੰਗਤ ਲੁਟੇਰਿਆਂ ਦੀ ਹੈ, ਸੰਗਤ ਸ਼ਰਾਬੀਆਂ ਦੀ ਹੈ। ਫਿਰ ਸੰਗਤ ਹੋਣੀ ਕਿਹੋ ਜਿਹੀ ਚਾਹੀਦੀ ਹੈ। ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਗਾਣੀਏ। ਜਿੱਥੇ ਪਰਵਦਿਗਾਰ ਦੀ ਗੱਲ ਹੋਵੇ, ਜਿੱਥੇ ਅੱਲਾ ਦੀ ਗੱਲ ਹੋਵੇ, ਜਿੱਥੇ ਰਾਮ ਰਹੀਮ ਦੀ ਗੱਲ ਹੋਵੇ, ਜਿੱਥੇ ਇੱਕ ਓਂਕਾਰ ਦੀ ਗੱਲ ਹੋਵੇ। ਤੇ ਗੁਰੂ ਪਿਆਰੇ ਜਿਵੇਂ ਅੱਜ ਤੁਸੀਂ ਸਾਹਿਬਾਂ ਦੇ ਚਰਨਾਂ ਦੇ ਵਿੱਚ ਜੁੜ ਬੈਠੇ ਹੋ, ਆਓ ਇੱਕ ਵਾਰ ਮਨ ਤੇ ਚਿੱਤ ਨੂੰ ਇਕਾਗਰ ਕਰਦਿਆਂ ਹੋਇਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਧੰਨ ਬਾਬਾ ਲਾਭਦਾਸ ਜੀ ਨੂੰ ਯਾਦ ਕਰਦਿਆਂ ਧਿਆਨ ਕਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਆਓ ਗੁਰੂ ਪਿਆਰੇ ਕੁਝ ਸਾਹਿਬਾਂ ਦੀਆਂ ਕੁਝ ਸੰਤਾਂ ਦੀਆਂ ਬਾਤਾਂ ਕਰਨ ਤੋਂ ਪਹਿਲਾਂ ਕੁਝ ਕੁ ਗੱਲਾਂ ਮੈਂ ਆਪ ਦੀਆਂ ਦੇ ਨਾਲ ਸਾਂਝੀਆਂ ਕਰ ਜਾਵਾਂ। ਸੰਤ ਭਗਤ ਮਹਾਤਮਾ ਉਹੀ ਬਣਦਾ ਬਈ ਵਾਹ ਅੱਠੇ ਪੈਰ ਜੋ ਨਾਮ ਤੇ ਆਮਦਾ ਵਾਹ ਜਿਸ ਦੇਰ ਦੇ ਵਿੱਚ ਬੰਦਗੀ ਵਾਸ ਕਰਦੀ ਉਹੀ ਜਗ ਦੇ ਸਾਧੂ ਅਖਵਾਮਦਾ ਸੰਤ ਸਦਾ ਸਰਬੱਤ ਦਾ ਭਲਾ ਮੰਗੇ ਭਲਾ ਮੰਗੇ ਸੰਤ ਸਦਾ ਸਰਬੱਤ ਦਾ ਭਲਾ ਮੰਗੇ ਪਾਮਦਾਏ
ਸਜਣ ਦੀਵਾਨ ਅੱਜ ਸੰਤ ਬਾਬਾ ਲਾਭਦਾਸ ਦੀ ਯਾਦ ਅੰਦਰ ਰਾਗੀਆਂ ਤੇ ਢਾਡੀਆਂ ਨੂੰ ਵਾਰਾਂ ਲਈ ਬੁਲਾਇਆ ਹੈ। ਸਜੇ ਨੇ ਦੀਵਾਨ ਵਿੱਚ ਸੋਭਾ ਸਭ ਪਾਮਦੇ ਹਰ ਇੱਕ ਉੱਤੇ ਚੜੀ ਨਾਮ ਵਾਲੀ ਛਾਇਆ ਏ। ਗੁਰੂ ਗੁਰੂ ਜਪਦਿਆਂ ਸਮਾਂ ਜਿਹੜਾ ਲੰਘ ਜਾਵੇ ਹੁੰਦਾ ਭਾਗਾਂ ਵਾਲਾ ਸਮਾਂ ਮੇਰੇ ਗੁਰਾਂ ਫਰਮਾਇਆ ਹੈ। ਗੁਰੂ ਪਿਆਰੇ ਭਾਗਾਂ ਵਾਲਾ ਸਮਾਂ ਹੈ ਤੇ ਇੱਥੇ ਮੈਂ ਨੌਜਵਾਨ ਵੀਰਾਂ ਦੇ ਚਰਨਾਂ 'ਚ ਬੇਨਤੀ ਕਰਦਾ ਵਾਂ ਕਿਉਂਕਿ ਕੱਲ ਮੈਂ ਜਿੱਥੇ ਸੰਤਾਂ ਮਹਾਂਪੁਰਸ਼ਾਂ ਦੀਆਂ ਗੱਲਾਂ ਕਰਨੀਆਂ ਨੇ ਆਪ ਜੀਆਂ ਦੇ ਨਾਲ ਬਾਤਾਂ ਕਰਨੀਆਂ ਨੇ ਉੱਥੇ ਚੜ੍ਹਦੀ ਕਲਾ ਦਾ ਪ੍ਰਸੰਗ ਆਪ ਜੀਆਂ ਦੇ ਨਾਲ ਸਾਂਝਾ ਕਰਨਾ ਹੈ ਉੱਥੇ ਕੁਝ ਕੁ ਬੇਨਤੀਆਂ ਕਰਦਾ ਵਾਂ ਕਿਉਂਕਿ ਕੱਲ੍ਹ ਬਹੁਤ ਵੱਡਾ ਇਕੱਠ ਸੀ। ਅੱਜ ਵੀ ਸੰਗਤਾਂ ਕਾਫੀ ਤਾਦਾਦ ਦੇ ਵਿੱਚ ਬੈਠੀਆਂ ਨੇ। ਨੌਜਵਾਨ ਵੀਰੋ ਗੱਲ ਇੰਨੀ ਹੈ ਕਿ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਇਆ ਜਿਹੜਾ ਸਾਡਾ ਪਾਰ ਉਤਾਰਾ ਆਉਣਾ ਹੈ ਕਿਉਂਕਿ ਸੰਗਤ ਦੇ ਵਿੱਚ ਤਿੰਨ ਪ੍ਰਕਾਰ ਦੇ ਇਨਸਾਨ ਆਉਂਦੇ ਨੇ ਗੁਰਮੁਖ ਜਨ ਮਨਮੁਖ ਤੇ ਬੇਮੁਖ। ਗੁਰਮੁਖ ਕੌਣ ਨੇ ਜਿਹੜੇ ਮਨ ਕਰਕੇ ਘਰੋਂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਉਂਦੇ ਨੇ ਆ ਕੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਬਹਿੰਦੇ ਨੇ ਤੇ ਬਾਣੀ ਸਰਵਣ ਕਰਦੇ ਨੇ ਤੇ ਕੁਝ ਖਾ ਕੇ ਚਲੇ ਜਾਂਦੇ ਨੇ ਤੇ ਮਨਮੁਖ ਕੌਣ ਤੇ ਗੁਰੂ ਪਿਆਰਿਓ ਮਨਮੁਖ ਉਹ ਜਿਹੜਾ ਗੁਰੂ ਘਰ ਆਪਣੇ ਘਰੋਂ ਮਨ ਬਣਾ ਕੇ ਗੁਰੂ ਘਰ ਆਉਂਦਾ ਹੈ ਤੇ ਆ ਕੇ ਸੰਗਤ ਦੇ ਵਿੱਚ ਬੈਠਿਆਂ ਗੁਰੂ ਪਿਆਰਿਓ ਨਾ ਤਾਂ ਕੁਝ ਆਪ ਸੁਣਦਾ ਹੈ ਤੇ ਨਾ ਕੁਝ ਨਾਲ ਦੇ ਨੂੰ ਸੁਣ ਦਿੰਦਾ ਹੈ। ਉਹਨੇ ਕਮੇਟੀ ਦੀਆਂ ਕੁਝ ਖਾਮੀਆਂ ਲੱਭਣੀਆਂ ਹੁੰਦੀਆਂ ਨੇ ਕਿ ਐਤਕੀ ਪ੍ਰਬੰਧ ਵਧੀਆ ਨਹੀਂ ਹੋਇਆ, ਐਤਕੀ ਹਲਵਾਈ ਵਧੀਆ ਨਹੀਂ ਹੋਇਆ, ਐਤਕੀ ਰਾਗੀ ਢਾਡੀ ਕੋਈ ਖਾਸ ਨਹੀਂ ਕੀਤਾ ਤੇ ਗੁਰੂ ਪਿਆਰਿਓ ਇਹ ਹੈ ਮਨਮੁਖ। ਤੇ ਬੇਮੁਖ ਕੌਣ ਨੇ? ਗੁਰੂ ਪਿਆਰਿਓ ਬੇਮੁਖ ਉਹ ਨੇ ਜਿਹੜੇ ਘਰੋਂ ਤੋਂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆ ਗਏ ਨੇ, ਬਾਬਾ ਲਾਭਦਾਸ ਜੀ ਦੇ ਸਥਾਨਾਂ ਤੇ ਪਹੁੰਚ ਗਏ ਨੇ ਪਰ ਗੁਰੂ ਪਿਆਰਿਓ ਆਏ ਬਾਹਰੋਂ ਚਾਹ ਪਕੌੜੇ ਛਕੇ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਵਾਪਸ ਚਲੇ ਜਾਏ। ਹੁਣ ਗੁਰੂ ਪਿਆਰਿਓ ਆਪ ਤੇ ਡਿਪੈਂਡ ਕਰਦਾ ਹੈ ਤੁਸੀਂ ਗੁਰਮੁਖ ਜਨ ਬਣਨਾ ਹੈ ਕਿ ਮਨਮੁਖ ਬਣਨਾ ਹੈ ਕਿ ਬੇਮੁਖ ਬਣਨਾ ਹੈ। ਆਓ ਗੁਰੂ ਪਿਆਰਿਓ ਅੱਜ ਸੰਤ ਬਾਬਾ ਜਵਾਹਰ ਦਾਸ ਜੀ ਸੁਸਾਂ ਵਾਲੇ ਇੱਕ ਮਹੀਨਾ ਪਹਿਲਾਂ ਆਪ ਜੀ ਨੇ ਝੰਡਾ ਸਾਹਿਬ ਦੇ ਜੋੜ ਮੇਲੇ ਤੇ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਇਕੱਠੀਆਂ ਹੋਈਆਂ ਉਹਨਾਂ ਦੇ ਜੇਠੇ ਭਗਤ ਬਾਬਾ ਲਾਭਦਾਸ ਜੀ ਦੇ ਅਸਥਾਨਾਂ ਤੇ ਜੁੜ ਬੈਠੇ ਆ ਤੇ ਗੁਰੂ ਪਿਆਰੇ ਇੱਕ ਮੈਂ ਬੇਨਤੀ ਕਰਦਾ ਵਾਂ ਜਿਹੜੀ ਮੇਰੇ ਮਨ ਦੀ ਭਾਵਨਾ ਹੈ ਕਿਉਂਕਿ ਜਿੱਦਣ ਤੋਂ ਸਮਾਗਮ ਦਾ ਆਪ ਜੀਆਂ ਨੇ ਲਿਖਾਇਆ ਪੂਰੇ ਨਗਰ ਨੇ ਕਿਉਂਕਿ ਜੇ ਮੈਂ ਨਾਂ ਲੈਣ ਲੱਗਾ ਕਿਉਂਕਿ ਮੇਰੇ ਸਾਰੇ ਵਾਕਬ ਨੇ ਤੇ ਬੜਾ ਸਮਾਂ ਲੱਗੇਗਾ ਤੇ ਕੱਲ ਟੂਰਨਾਮੈਂਟ ਟ੍ਰੈਕਟਰ ਮੁਕਾਬਲਿਆਂ ਚ ਵੀ ਨਾਂ ਬੋਲੇ ਗਏ ਤੇ ਟੂਰਨਾਮੈਂਟ ਚ ਵੀ ਬੋਲੇ ਜਾਣੇ। ਅੱਜ ਗੁਰੂ ਦੀਆਂ ਬਾਤਾਂ ਤੇ ਧੰਨ ਧੰਨ ਬਾਬਾ ਲਾਭਦਾਸ ਜੀਆਂ ਦੀਆਂ ਬਾਤਾਂ ਕਰਨੀਆਂ ਤੇ ਧੰਨਵਾਦ ਹੈ ਸਮੁੱਚੇ ਨਗਰ ਦਾ ਤੇ ਇਲਾਕੇ ਦੀ ਸੰਗਤ ਦਾ ਕਿਉਂਕਿ 25 ਅਖੰਡ ਜਾਪ ਹੋਏ ਨੇ ਜਿਨ੍ਹਾਂ ਨੇ ਬਾਬਾ ਲਾਭਦਾਸ ਜੀ ਦੇ ਚਰਨਾਂ ਚ ਅਰਦਾਸ ਬਿਨੇ ਕੀਤੀ ਉਹ ਅਰਦਾਸ ਪੂਰੀ ਹੋਈ ਤੇ ਗੁਰੂ ਪਿਆਰਿਓ ਸੰਤ ਕੌਣ ਨੇ, ਸਾਧੂ ਕੌਣ ਨੇ? ਗੁਰੂ ਪਿਆਰਿਓ ਜਿਹੜਾ ਆਪਣੇ ਮਨ ਨੂੰ ਸੰਸੇ ਤੋਂ ਦੂਰ ਕਰ ਲੈਂਦਾ ਹੈ ਤੇ ਗੁਰੂ ਪਿਆਰਿਓ ਜਿਹਨੂੰ ਤੱਤ ਦਾ ਗਿਆਨ ਹੋ ਜਾਂਦਾ ਹੈ ਉਹ ਵਾਹਿਗੁਰੂ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਤੇ ਅੱਜ ਉਸ ਰੂਪ ਦੇ ਇਕੱਤਰ ਹੋਏ ਹੈ ਕਿਉਂਕਿ ਸੰਤ ਸਾਧੂ ਤੇ ਰੱਬ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਗੁਰੂ ਪਿਆਰਿਓ
ਜਦੋਂ ਇੱਕ ਬੂੰਦ ਸਮੁੰਦਰ ਦੇ ਵਿੱਚ ਰਲ ਕੇ ਸਮੁੰਦਰ ਦਾ ਰੂਪ ਧਾਰਨ ਕਰ ਲੈਂਦੀ ਹੈ ਨਾ ਗੁਰੂ ਪਿਆਰਿਓ, ਉਹ ਜਦੋਂ ਆਤਮਾ ਪਰਮਾਤਮਾ ਦੇ ਰੂਪ ਵਿੱਚ ਮਿਲ ਜਾਂਦੀ ਹੈ ਤੇ ਉਹ ਪਰਮਾਤਮਾ ਦਾ ਰੂਪ ਬਣ ਜਾਂਦੀ ਹੈ। ਤੇ ਗੁਰੂ ਪਿਆਰਿਓ ਅੱਜ ਬਾਬਾ ਲਾਭਦਾਸ ਜੀ ਦੇ ਅਸਥਾਨਾਂ ਤੇ ਜੇ ਅਰਦਾਸਾਂ ਕੀਤੀਆਂ ਪਰਿਵਾਰਾਂ ਨੇ, ਅੱਜ ਉਹ ਅਰਦਾਸਾਂ ਪੂਰੀਆਂ ਹੋਈਆਂ ਤੇ ਅਖੰਡ ਜਾਪ ਸ਼ੁਕਰਾਨੇ ਦੇ ਤੌਰ ਤੇ ਸੰਗਤਾਂ ਨੇ ਕਰਵਾਏ ਨੇ। ਤੇ ਗੁਰੂ ਪਿਆਰਿਓ ਧੰਨਵਾਦੀ ਆ ਸਮੁੱਚੇ ਨਗਰ ਦਾ, ਤੇ ਗੁਰੂ ਪਿਆਰਿਓ ਤੁਹਾਡੇ ਅੱਤ ਭਾਗ ਚੰਗੇ ਨੇ, ਕਿਉਂਕਿ ਜਿਹਨਾਂ ਪਿੰਡਾਂ ਵਿੱਚ ਸੰਤਾਂ ਦਾ ਵਾਸਾ ਹੁੰਦਾ ਹੈ ਨਾ, ਉਹ ਨਗਰ ਜਿਹੜੇ ਪੂਜਣ ਦੇ ਯੋਗ ਬਣ ਜਾਂਦੇ ਉਹਨਾਂ ਅਸਥਾਨਾਂ ਤੇ ਜਿੱਥੇ ਤਪ ਕੀਤਾ ਪੀਰਾਂ ਗੁਰਾਂ ਮਹਾਤਮਾ ਨੇ, ਉਹ ਅਸਥਾਨ ਪੂਜਣੇ ਦੇ ਯੋਗ ਹੁੰਦਾ ਹੈ ਮਰੀਦਾਂ ਦਾ। ਗੁਰੂ ਪਿਆਰੇ ਜਿੱਥੇ ਸੰਤਾਂ ਮਹਾਂਪੁਰਸ਼ਾਂ ਨੇ ਤਪੱਸਿਆ ਕੀਤੀ ਹੈ, ਤਪ ਕੀਤਾ ਹੈ, ਉਹ ਸਥਾਨ ਪੂਜਣੇ ਦੇ ਯੋਗ ਹੋ ਜਾਂਦੇ ਹੈ। ਨਹੀਂ ਤਾਂ ਆਪਣੇ ਜੀਵਨ ਵੱਲ ਝਾਤੀ ਮਾਰ ਕੇ ਦੇਖਿਓ, ਇੱਕ ਦੋ ਸਾਲ ਅਸੀਂ ਆਪਣੇ ਬਜ਼ੁਰਗਾਂ ਦੀਆਂ ਜਿਹੜੀਆਂ ਬਰਸੀਆਂ ਮਨਾਉਂਦੇ ਹਾਂ ਬਾਅਦ ਦੇ ਵਿੱਚ ਭੁੱਲ ਜਾਂਦੇ ਹਾਂ। ਮੇਲੇ ਕਿੱਥੇ ਲੱਗਦੇ ਹੈ, ਤਕਰੀਬਨ 100 ਸਾਲ ਨੂੰ ਆਪਾਂ ਢੁੱਕ ਚੱਲੇ ਹਾਂ, ਕਿਉਂਕਿ ਜਦੋਂ 80 ਦਾ ਸੈਂਕੜਾ ਆਪਾਂ ਟੱਪ ਜਾਂਦੇ ਹਾਂ ਨਾ, ਤੇ ਸਮਝੋ 100 ਸਾਲ ਦੇ ਕਰੀਬ ਹੋ ਗਿਆ ਜੋੜ ਮੇਲੇ ਨੂੰ ਲੱਗਦਿਆਂ ਹੋਇਆ। ਜਿੱਥੇ ਕਬੱਡੀ ਟੂਰਨਾਮੈਂਟ ਹੁੰਦੇ ਨੇ ਗੁਰੂ ਪਿਆਰਿਓ, ਉੱਥੇ ਪਹਿਲੇ ਸਮਿਆਂ ਦੇ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਹੋਈਆਂ ਕਰਦੀਆਂ ਸਨ, ਤੇ ਜਿੱਥੇ ਪੰਜਾਬ ਭਾਰਤ ਦੀਆਂ ਹੋਰ ਸਟੇਟਾਂ ਦੇ ਵਿੱਚ ਵੀ ਬਾਬਾ ਲਾਭਦਾਸ ਜੀ ਦਾ ਨਾਂ ਲਿਆ ਜਾਂਦਾ ਸੀ ਕਿ ਅੱਜ ਕਿੱਥੇ ਚੱਲੇ ਹਾਂ, ਅੱਜ ਪਡੋਰੀ ਪਗੂੜਾ ਵਿੱਚ ਬਾਬਾ ਲਾਭਦਾਸ ਜੀ ਦੇ ਅਸਥਾਨਾਂ ਤੇ ਚੱਲੇ ਹਾਂ। ਤੇ ਹੁਣ ਵੀ ਚਾਹੇ ਉਹ ਬਦਲ ਕੇ ਟਰੈਕਟਰ ਮੁਕਾਬਲੇ ਹੋ ਗਏ, ਹਰਿਆਣੇ ਤੋਂ ਲੋਕੀ ਪਹੁੰਚੇ ਨੇ ਹਿੱਸਾ ਲੈਣ ਵਾਸਤੇ, ਤੇ ਜਿੱਥੇ ਜਿੱਥੋਂ ਸੰਗਤ ਆਈ ਉੱਥੇ ਬਾਬਾ ਲਾਭਦਾਸ ਜੀ ਦਾ ਜ਼ਿਕਰ ਵੀ ਪਹੁੰਚਿਆ। ਤੇ ਗੁਰੂ ਪਿਆਰਿਓ ਮੈਂ ਜ਼ਿਕਰ ਕਰਦਾ ਮੈਂ ਇੱਕ ਚੜ੍ਹਦੀ ਕਲੇ ਦਾ ਪ੍ਰਸੰਗ ਆਪ ਜੀਆਂ ਦੇ ਨਾਲ ਸਾਂਝਾ ਕਰਨਾ, ਉਹ ਤੋਂ ਮੈਂ ਪਹਿਲਾਂ ਜ਼ਿਕਰ ਕਰਦਾ ਮੈਂ ਤੇ ਇੱਕ ਬਿਨੇ ਵੀ ਕਰਦਾ ਮੈਂ। ਗੁਰੂ ਪਿਆਰਿਓ ਕੁਝ ਕੁ ਸੱਜਣਾ ਕੋਲ, ਕੁਝ ਕੁ ਸਾਡੇ ਬਜ਼ੁਰਗ ਬੈਠੇ ਨੇ ਉਹਨਾਂ ਕੋਲ ਮੇਰਾ ਨੰਬਰ ਹੈ ਤੇ ਹੋਰ ਵੀ ਨੰਬਰ ਲੈ ਸਕਦੇ ਨੇ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਪਿਆਰਿਓ ਆਪਾਂ ਕੋਸ਼ਿਸ਼ ਕਰਨੀ ਹੈ ਕਿ ਬਾਬਾ ਲਾਭਦਾਸ ਜੀ ਦੇ ਜੀਵਨ ਨੂੰ ਪੰਨਿਆਂ ਤੇ ਲਿਖ ਕੇ, ਪੰਨਿਆਂ ਦੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖ ਕੇ ਸੰਗਤਾਂ ਦੀ ਝੋਲੀ ਦੇ ਵਿੱਚ ਪਾਇਆ ਜਾਵੇ, ਕਿਉਂਕਿ ਮੈਨੂੰ ਸੰਗਤਾਂ ਦੇ ਵਿੱਚ ਵਿਚਰਨ ਦਾ ਸਮਾਂ ਮਿਲਿਆ। ਜਿਹੜੀਆਂ ਗੱਲਾਂ ਮੇਰੇ ਮਨ ਨੂੰ ਟੁੱਬੀਆਂ ਸੰਗਤਾਂ ਬਾਰੇ ਉਹ ਮੈਂ ਲਿਖਣ ਦਾ ਵੀ ਯਤਨ ਕੀਤਾ, ਤੇ ਆਉਣ ਵਾਲੇ ਸਮੇਂ 'ਚ ਮੈਨੂੰ ਸੰਗਤਾਂ ਦਾ ਸਹਿਯੋਗ ਚਾਹੀਦਾ, ਕਿਉਂਕਿ ਜਿਹਨਾਂ ਦੀ ਜਾਤ ਦੇ ਵਿੱਚ ਆਪਾਂ ਜੁੜ ਬੈਠੇ ਹਾਂ ਸਾਨੂੰ ਉਹਨਾਂ ਦੇ ਜੀਵਨ ਦੇ ਬਾਰੇ ਪਤਾ ਹੋਵੇ। ਆਓ ਗੁਰੂ ਪਿਆਰੇ ਛੋਟੇ ਜੀ ਗੱਲ ਕਰਕੇ ਮੈਂ ਆਪ ਜੀਆਂ ਦੇ ਨਾਲ ਇਤਿਹਾਸ ਦੀ ਸਾਂਝ ਪਾਉਣ ਦਾ ਯਤਨ ਕਰਾਂ। ਗੁਰੂ ਪਿਆਰਿਓ ਧੰਨ ਧੰਨ ਬਾਬਾ ਜਵਾਹਰ ਦਾਸ ਜੀ ਦੇ ਇੱਕ ਸੇਵਕ ਹੋਏ ਨੇ, ਉਹਨਾਂ ਦੇ ਨਾਲ ਬਾਬਾ ਲਾਭਦਾਸ ਜੀ ਹਰ ਰੋਜ਼ ਸੂਸਨ ਨੂੰ ਜਾਇਆ ਕਰਦੇ ਸਨ ਸੰਤ ਬਾਬਾ ਜਵਾਹਰ ਦਾਸ ਜੀ ਦੇ ਚਰਨਾਂ ਦੇ ਵਿੱਚ, ਤੇ ਗੁਰੂ ਪਿਆਰਿਓ ਸਿਲਸਿਲਾ ਚੱਲਦਾ ਰਿਹਾ। ਉਸ ਸਮੇਂ ਸਿਰਫ ਬਾਬਾ ਲਾਭਦਾਸ ਜੀਆਂ ਦੇ ਮਨ ਦੇ ਵਿੱਚ ਇੱਕ ਹਲਟੀ ਗੇਣ ਦਾ ਹੀ ਚਾਉ ਹੁੰਦਾ ਸੀ, ਤੇ ਗੁਰੂ ਪਿਆਰਿਓ ਸਮਾਂ ਬੀਤਦਾ ਗਿਆ, ਰੋਜ਼ ਸੰਤ ਬਾਬਾ ਲਾਭਦਾਸ ਜੀ ਨੇ ਸੂਸਨ ਦੇ ਅਸਥਾਨ ਤੇ ਜਾਣਾ। ਇੱਕ ਦਿਨ ਮੌਸਮ ਖਰਾਬ ਹੋਇਆ, ਹਨੇਰੀ ਝੱਖੜ ਆਇਆ, ਮੀਂਹ ਆਇਆ, ਤੇ ਜਿਹੜਾ ਸੇਵਾਦਾਰ ਸੀ ਅੱਜ ਸੂਸਾ ਨਾ ਪਹੁੰਚ ਸਕਿਆ, ਪਰ ਗੁਰੂ ਪਿਆਰਿਓ ਬਾਬਾ ਲਾਭਦਾਸ ਜੀ ਨੇ ਆਪਣਾ ਏਮ ਨਹੀਂ ਛੱਡਿਆ, ਤੇ ਅੱਜ ਉਹ ਸੂਸਾ ਵਿਖੇ ਫਿਰ ਉਸੇ ਤਰ੍ਹਾਂ ਬਾਬਾ ਜਵਾਹਰ ਦਾਸ ਜੀ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ। ਜਦੋਂ ਇਹ ਤੱਕਿਆ ਬਾਬਾ ਜਵਾਹਰ ਦਾਸ ਜੀਆਂ ਨੇ ਉਹਨਾਂ ਨੂੰ ਬੁੱਕਲ ਦੇ ਵਿੱਚ ਲੈ ਕੇ ਅਨੇਕਾਂ ਬਖਸ਼ਿਸ਼ਾਂ ਦਿੱਤੀਆਂ, ਤੇ ਗੁਰੂ ਪਿਆਰਿਓ ਜੀ ਅਨੇਕਾਂ ਬਖਸ਼ਿਸ਼ਾਂ ਦਿੱਤੀਆਂ। ਉਸ ਦਿਨ ਤੋਂ ਬਾਬਾ ਲਾਭਦਾਸ ਜੀ ਭਗਤੀ ਦੇ ਵਿੱਚ ਲੀਨ ਹੋ ਗਏ, ਤੇ ਅੱਜ ਉਸ
ਭਗਤੀ ਤੇ ਬਦੌਲਤ ਅੱਜ ਐਡਾ ਜੋੜ ਮੇਲਾ ਬਾਬਾ ਲਾਭਦਾਸ ਜੀ ਦੇ ਚਰਨਾਂ ਦੇ ਵਿੱਚ ਆਪਾਂ ਜੁੜ ਬੈਠੇ ਹਾਂ, ਜਿੱਥੇ ਸੰਗਤਾਂ ਦੂਰ ਦਰੇਡੇ ਤੋਂ ਚੱਲ ਕੇ ਆਈਆਂ ਨੇ, ਉੱਥੇ ਪੰਜਾਬ ਦੇ ਕੋਨੇ ਤੋਂ ਸਾਡੇ ਗੁਰੂ ਦੇ ਵਜ਼ੀਰ ਵੀ ਪਹੁੰਚੇ ਨੇ, ਕਿਉਂਕਿ ਇਲਾਕੇ ਦੇ ਵਿੱਚ ਇੰਨੇ ਗ੍ਰੰਥੀ ਸਿੰਘ ਨਹੀਂ ਹੁੰਦੇ, ਤੇ ਇਸ ਕਰਕੇ ਪੰਜਾਬ ਦੇ ਕੋਨੇ ਕੋਨੇ ਤੋਂ ਸਾਡੇ ਗੁਰੂ ਦੇ ਵਜ਼ੀਰ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਗੁਰੂ ਪਿਆਰੇ ਇੱਕ ਬਾਬਾ ਜਵਾਹਰ ਦਾਸ ਜੀ ਦੇ ਜੀਵਨ ਚੋਂ ਮੈਂ ਗੱਲ ਕਹਿ ਕੇ ਅਸਲੀਅਤ ਗੁਰੂ ਪਿਆਰੇ ਹੋ, ਕਿਉਂਕਿ ਜਦੋਂ ਕਿਤੇ ਜਾ ਕੇ ਅਸੀਂ ਵਿਵਾਦਤ ਜਾਂ ਕੋਈ ਗੱਲ ਕਰਦੇ ਹਾਂ ਨਾ, ਉਹ ਫਿਰ ਮੁੱਦਾ ਬਣ ਜਾਂਦਾ ਹੈ। ਭਾਵੇਂ ਗ੍ਰੰਥੀ ਸਿੰਘ ਸਾਡੇ ਨਾਲੋਂ ਪਹਿਲਾਂ ਆਏ ਨੇ, ਸਾਡਾ ਉਹਨਾਂ ਦਾ ਸਤਿਕਾਰ ਬਣਨਾ ਬਣ ਕਰਨਾ ਬਣਦਾ ਹੈ, ਪਰ ਗੁਰੂ ਪਿਆਰੇ ਹੋ, ਕਈ ਵਾਰ ਜਦੋਂ ਗ੍ਰੰਥੀ ਸਿੰਘ ਗੁਰੂ ਦੀ ਬਾਣੀ ਨੂੰ ਜਾਪ ਕਰਦਿਆਂ ਸਮਾਂ ਵੱਧ ਘੱਟ ਲੈ ਜਾਣ, ਤੇ ਕਾਟਾ ਬਾਟਾ ਵੀ ਢਾਡੀਆਂ ਦਾ ਹੁੰਦਾ ਹੈ, ਤੇ ਜਦੋਂ ਕਿਸੇ ਨੂੰ ਫਿਰ ਕੋਰੀ ਗੱਲ ਕਹਿਣੀ ਹੁੰਦੀ ਹੈ ਤੇ ਉਦੋਂ ਵੀ ਜਿਹੜੀ ਗੱਲਬਾਤ ਹੈ ਫਿਰ ਢਾਡੀਆਂ ਨੂੰ ਕਹਿਣੀ ਪੈਂਦੀ ਹੈ। ਤੇ ਗੁਰੂ ਪਿਆਰਿਓ ਮੈਂ ਬਿਨੈ ਕਰ ਜਾਂਦਾ, ਵੈਸੇ ਗੁਰੂ ਦੇ ਵਜ਼ੀਰਾਂ ਨੇ ਪਹਿਲਾਂ ਇਹ ਗੱਲ ਕਰਨੀ ਚਾਹੀਦੀ ਸੀ ਕਿ ਆਪਾਂ ਸੰਗਤਾਂ ਨੂੰ ਸੁਚੇਤ ਕਰੀਏ, ਇਨਸਾਨ ਗਲਤੀ ਦਾ ਪੁਤਲਾ ਹੈ, ਕਿਉਂਕਿ ਹਾਲ ਕਾਫੀ ਵੱਡਾ ਹੈ, ਤੇ ਅੱਗੇ ਤੋਂ ਕੋਸ਼ਿਸ਼ ਕਰਿਆ ਕਰੋ ਕਿ ਇੱਕ ਮਹਾਰਾਜ ਦੇ ਸਰੂਪ ਨੂੰ ਆਪਾਂ ਰੱਖ ਲਈਏ ਤੇ ਬਾਕੀ ਸੁੱਖ ਆਸਣ ਕਰਕੇ ਆਪਣੇ ਨਿੱਜੀ ਅਸਥਾਨਾਂ ਤੇ ਸਾਹਿਬਾਂ ਦੇ ਜਿਹੜੇ ਸਰੂਪ ਆ ਉਹਨਾਂ ਨੂੰ ਪਹੁੰਚਾ ਦਈਏ। ਤੇ ਗੁਰੂ ਪਿਆਰੇ ਕੋਈ ਗੱਲ ਨੀ, ਇਨਸਾਨ ਗਲਤੀ ਦਾ ਪੁਤਲਾ ਹੈ, ਤੇ ਮੈਂ ਗੁਰੂ ਦੇ ਵਜ਼ੀਰਾਂ ਨੂੰ ਵੀ ਬਿਨੈ ਕਰਦਾ ਕਿ ਆਪਾਂ ਇੱਥੇ ਕੀ ਨਾ ਗੱਲ ਰੱਖੀਏ, ਕਿਉਂਕਿ ਇੱਕ ਚੀਜ਼ ਤਾਂ ਮੈਨੂੰ ਇਹ ਗੱਲ ਲੱਗੀ ਹੈ, ਜੇ ਮਹਾਰਾਜ ਦੇ ਸਰੂਪ ਅਸੀਂ ਨਿੱਜੀ ਅਸਥਾਨਾਂ ਤੇ ਪਜਾ ਦਿੰਦੇ ਤਾਂ ਦੇਗ ਵਰਤਾਉਣ ਵੇਲੇ ਸਾਨੂੰ ਗੁਰੂ ਦੇ ਵਜ਼ੀਰ ਲੱਭਣੇ ਨਹੀਂ ਸੀ, ਕਿਉਂਕਿ ਬਹੁਤ ਆਤ ਸਮਿਆਂ ਤੇ ਮੈਂ ਜਾ ਕੇ ਦੇਖਿਆ, ਕਿਉਂਕਿ ਸਿੰਘ ਨੇ ਮਨ ਬਿਰਤੀ ਜਰਾ ਕੁ ਹੋਰ ਪਾਸੇ ਦੌੜ ਜੋੜ ਦਿੱਤੀ। ਮੈਂ ਸੰਤਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੀ, ਪਰ ਮੌਕੇ ਦੀਆਂ ਗੱਲਾਂ ਕਰ ਜਾਣੀਆਂ ਵੀ ਬਣਦੀਆਂ ਨੇ ਕਿ ਬਹੁਤ ਆਦ ਸਾਡਾ ਵੀ ਫਰਜ਼ ਬਣਦਾ ਅਸੀਂ ਗੁਰੂ ਦੇ ਵਜ਼ੀਰਾਂ ਦਾ ਸਤਿਕਾਰ ਕਰੀਏ, ਤੇ ਸਾਡੇ ਗੁਰੂ ਦੇ ਵਜ਼ੀਰ ਵੀ ਗੁਰੂ ਪਿਆਰਿਓ ਥੋੜ੍ਹਾ ਜਿਹਾ ਤੁਸੀਂ ਜਿੱਥੇ ਸਖ਼ਤ ਕਦਮ ਲੈਣਾ ਪੈਂਦਾ ਤੇ ਲੈ ਲਿਆ ਕਰੋ, ਕਮੇਟੀਆਂ ਨੂੰ ਕਹਿਣਾ ਤੁਹਾਡਾ ਵੀ ਫਰਜ਼ ਬਣਦਾ। ਆਓ ਗੁਰੂ ਪਿਆਰਿਓ, ਬਾਬਾ ਲਾਭਦਾਸ ਜੀ ਦੇ ਜਾਨਾਂ ਦੇ ਵਿੱਚ ਜੁੜ ਬੈਠੇ ਹੋ, ਸਾਡੇ ਬੜੇ ਅਜ਼ੀਜ਼ ਨੇ, ਜਿੱਥੇ ਵੀ ਦੀਵਾਨ ਲਾਉਂਦੇ ਉੱਥੇ ਸਾਡਾ ਸਿੰਘ ਪਹੁੰਚ ਜਾਂਦਾ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰਿਓ ਬਾਬਾ ਲਾਭਦਾਸ ਜੀ, ਮੈਂ ਇੱਕ ਛੋਟੀ ਜਿਹੀ ਗੱਲ ਕਰਕੇ ਆਪਣੇ ਇਤਿਹਾਸ ਦੇ ਪੰਨੇ ਸੰਗਤਾਂ ਨਾਲ ਸਾਂਝੇ ਕਰਨ ਦਾ ਯਤਨ ਕਰਾਂ। ਬਹੁਤ ਲੰਬਾ ਇਤਿਹਾਸ ਨੇ, ਮੈਂ ਹੁਣ ਦੀ ਗੱਲ ਕਰਨ ਲੱਗਾ ਹੈ। ਅੱਜ ਵੀ ਦੁਰਗ ਭਲਈ ਦੇ ਵਿੱਚ ਇੱਕ ਪਰਿਵਾਰ ਵੱਸਦਾ ਹੈ ਜਿਨ੍ਹਾਂ ਦਾ ਸੰਤ ਬਾਬਾ ਜਵਾਹਰ ਦਾਸ ਜੀ ਦੇ ਨਾਲ ਬੜਾ ਪ੍ਰੇਮ ਹੈ, ਮੈਂ ਕੱਲ ਵੀ ਜ਼ਿਕਰ ਕੀਤਾ ਸੀ। ਉਹ ਜਦੋਂ ਝੰਡਾ ਸਾਹਿਬ ਦਾ ਮੇਲਾ ਹੁੰਦਾ ਹੈ, ਝੰਡਾ ਸਾਹਿਬ ਦਾ ਜੋੜ ਮੇਲਾ ਹੁੰਦਾ ਹੈ, ਉਹਨੇ ਆਪਣੇ ਗਵਾਂਢੀ ਨੂੰ ਕਿਹਾ ਕਿ ਜਿਹੜਾ ਦੁਰਗ ਭਲਈ ਦੇ ਮੂਲ ਦਾ ਵਿਅਕਤੀ ਸੀ ਕਿ ਤੂੰ ਸਾਡੇ ਗ੍ਰਹਿ ਦਾ ਸਾਡੇ ਘਰ ਦਾ ਖਿਆਲ ਰੱਖਣਾ, ਕਿ ਅਸੀਂ ਜੇ ਇਸ ਸੰਤ ਮਹਾਂਪੁਰਸ਼ਾਂ ਨੂੰ ਮੰਨਦੇ ਹਾਂ, ਉਹਨਾਂ ਦਾ ਜੋੜ ਮੇਲਾ ਆਇਆ ਹੈ, ਉਸ ਜੋੜ ਮੇਲੇ ਦੇ ਵਿੱਚ ਆਪਾਂ ਦਰਸ਼ਨ ਦੀਦਾਰੇ ਸੰਗਤਾਂ ਦੇ ਕਰਨ ਵਾਸਤੇ ਜਾਣਾ ਹੈ। ਤੇ ਉਹ ਆਏ ਨੇ ਬਾਬਾ ਜਵਾਹਰ ਦਾਸ ਜੀ ਦੇ ਜੋੜ ਮੇਲੇ ਤੇ, ਉਹਨਾਂ ਨੂੰ ਸਮਾਂ ਲੱਗਾ 5-10 ਦਿਨ। ਜਦੋਂ ਉਹ ਦੁਆਰਾ ਦੁਰਗ ਭਲਈ ਪਹੁੰਚੇ ਨਾ ਗੁਰੂ ਪਿਆਰਿਓ, ਉਹਨਾਂ ਨੇ ਉਸ ਗਵਾਂਢੀ ਨੂੰ ਪੁੱਛਣਾ ਕੀਤਾ ਹੈ ਕਿ ਕੋਈ ਦੁੱਖ ਤਕਲੀਫ ਜਾਂ ਸਾਡੇ ਘਰ ਤੇ ਕੋਈ ਤੰਗੀ ਪਰੇਸ਼ਾਨੀ ਤਾਂ ਨਹੀਂ ਆਈ। ਉਹ ਕਹਿੰਦਾ ਵੀ ਤੰਗੀ ਪਰੇਸ਼ਾਨੀ ਤਾਂ ਕੋਈ ਨਹੀਂ ਆਈ,
ਪਰ ਜਿਹੜੀ ਤੁਹਾਡੇ ਅੰਦਰ ਬਰਾਂਡੇ ਦੇ ਵਿੱਚ ਇੱਕ ਤਸਵੀਰ ਲੱਗੀ ਨਾ ਤੁਹਾਡੇ ਰਿਸ਼ਤੇਦਾਰ ਦੀ, ਉਹ ਖੁੰਡੇ ਵਾਲੇ ਬਾਬੇ ਦੀ, ਉਹ ਸਵੇਰੇ ਤਕਾਲੀ ਆ ਕੇ ਆਪ ਜੀ ਦੇ ਘਰ ਦੀ ਚੌਂਕੇਦਾਰੀ ਕਰਦਾ ਸੀ। ਇੱਧਰ ਪਰਿਵਾਰ ਦੇ ਮਨ ਦੇ ਵਿੱਚ ਖੜਕ ਗਈ ਵੀ ਆਪਾਂ ਤਸਵੀਰ ਲਾਈ ਹੈ ਤੇ ਸੰਤ ਬਾਬਾ ਜਵਾਹਰ ਦਾਸ ਦੀ ਹੋਰ ਕੋਈ ਤਸਵੀਰ ਨਹੀਂ ਲਾਈ। ਹੁਣ ਉਸ ਪਰਿਵਾਰ ਨੂੰ ਲੈ ਕੇ ਅੰਦਰ ਆਏ ਤੇ ਉਹ ਪਰਿਵਾਰ ਕਹਿੰਦਾ ਇਹ ਜਿਹੜਾ ਬਾਪੂ ਖੁੰਡੇ ਵਾਲਾ ਨਾ, ਇਹ ਤਕਾਲੀ ਸਵੇਰੇ ਤੁਹਾਡੇ ਘਰ ਦੀ ਚੌਂਕੀਦਾਰੀ ਕਰਦਾ ਸੀ। ਗੁਰੂ ਪਿਆਰਿਓ, ਗੁਰੂ ਦੇ ਚਰਨਾਂ ਵਿੱਚ ਕੀਤਿਆਂ ਸੰਤ ਮਹਾਂਪੁਰਸ਼ਾਂ ਦੇ ਚਰਨਾਂ 'ਚ ਅਰਦਾਸ ਕੀਤਿਆਂ ਪੂਰੀ ਹੁੰਦੀ ਹੈ, ਬਸ਼ਰਤੇ ਅਸੀਂ ਸੱਚੇ ਦਿਲੋਂ ਕਰਦੇ ਹੋਈਏ। ਆਓ ਗੁਰੂ ਪਿਆਰਿਓ, ਚੜ੍ਹਦੀ ਕਲਾ ਦਾ ਪ੍ਰਸੰਗ ਆਪ ਜੀਆਂ ਦੇ ਨਾਲ ਸਾਂਝਾ ਕਰਨਾ ਹੈ, ਕਿਉਂਕਿ ਕਈ ਵਾਰ ਤੁਸੀਂ ਮਾਝੇ ਮਾਲਵੇ ਦੇ ਸ਼ਹੀਦਾਂ ਦਾ ਪ੍ਰਸੰਗ ਸੁਣਦੇ ਹੋ ਤੇ ਕੁਝ ਕੁ ਕਮੀਆਂ ਸਾਡੇ ਵਿੱਚ ਵੀ ਨੇ ਕਿ ਆਪਾਂ ਆਪਣੇ ਸ਼ਹੀਦਾਂ ਨੂੰ ਓਨੀ ਕੁ ਰੁਤਬਾ ਨਹੀਂ ਦੇ ਸਕੇ, ਕਿਉਂਕਿ ਸਾਡੇ ਲਾਗੇ ਨਗਰ ਨਜ਼ਦੀਕ ਹੀ ਹੈ ਧਾਮੀਆਂ ਕਲਾਂ, ਜਿੱਥੋਂ ਦੇ 6 ਸ਼ਹੀਦ ਹੋਏ ਨੇ ਗੁਰੂ ਪਿਆਰਿਓ। ਉਹ 6 ਸ਼ਹੀਦਾਂ ਨੇ ਜੇ ਗੁਰੂ ਪਿਆਰਿਓ ਬੱਬਰ ਅਕਾਲੀ ਲਹਿਰ ਲੜੀ ਹੈ ਨਾ, ਇੱਕੋ ਇੱਕ ਲਹਿਰ ਹੋਈ ਹੈ ਜਿਹੜੀ ਸਾਬਤ ਸੂਰਤ ਰਹਿ ਕੇ ਲੜੀ ਗਈ ਹੈ, ਤੇ ਗੁਰੂ ਪਿਆਰਿਓ ਇੱਥੇ ਇਲਾਕੇ ਦੀ ਕਮੀ ਹੈ। ਸਾਡੇ ਕੋਲ ਕਿਹੋ ਜਿਹੀ ਯਾਦਗਾਰ ਹੋਣੀ ਚਾਹੀਦੀ ਸੀ ਕਿ ਦੂਰ ਦਰੇਡੇ ਤੋਂ ਸਾਡੇ ਸ਼ਹੀਦਾਂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸੰਗਤਾਂ ਆਉਂਦੀਆਂ ਤੇ ਸਾਡੇ ਨੌਜਵਾਨ ਵੀਰਾਂ ਨੂੰ ਪਤਾ ਲੱਗਦਾ ਕਿ ਇਹ ਵੀ ਸ਼ਹੀਦਾਂ ਦੀ ਧਰਤੀ ਹੈ। ਅੱਜ ਤੁਸੀਂ ਬਟਪਾਗੇ ਹੋ, ਮੈਂ ਕਹਿੰਦਾ ਵਧਾਈ ਦੇ ਪਾਤਰ ਹੋ, ਧੰਤਾ ਦੇ ਪਾਤਰ ਹੋ ਕਿ ਤੁਸੀਂ ਆਪਣੇ ਸੰਤ ਮਹਾਂਪੁਰਸ਼ ਬਾਬਾ ਲਾਲ ਜਾਤ ਦੇ ਵਿੱਚ ਜੁੜ ਬੈਠੇ ਹੋ, ਧੰਤਾ ਦੇ ਪਾਤਰ ਹੋ, ਕਿਉਂਕਿ ਆਪਣੇ ਬਜ਼ੁਰਗਾਂ ਨੂੰ ਯਾਦ ਕਰਨਾ, ਆਪਣੇ ਗੁਰੂਆਂ ਨੂੰ ਯਾਦ ਕਰਨਾ ਇਹ ਸਾਡੇ ਹਿੱਸੇ ਆਇਆ ਹੈ ਤੇ ਤੁਸੀਂ ਵਧਾਈ ਦੇ ਪਾਤਰ ਹੋ। ਆਓ ਮਨ ਵਿਰਤੀਆਂ ਇਕਾਗਰ ਕਹਿ ਕੇ ਲੈ ਜਾਈਏ। ਇੱਕ ਕਵੀ ਨੇ ਬੜਾ ਸੋਹਣਾ ਲਿਖਿਆ, ਕਹਿੰਦਾ ਚਿੱਤ ਕਰੇ ਸਾਰਾ ਹੀ ਪੰਜਾਬ ਘੁੰਮਾਂ ਮੈਂ, ਹਰਿਮੰਦਰ ਦੀ ਧਰਤੀ ਨੂੰ ਜਾ ਕੇ ਚੁੰਮਾਂ ਮੈਂ, ਰਾਹ ਵਿੱਚ ਵੱਖ ਵੱਖ ਪਿੰਡ ਵੇਖੇ ਮੈਂ, ਸੂਰਮੇ ਪਕਾਉਂਦੇ ਜਿੱਥੇ ਹਿੰਡ ਵੇਖੇ ਮੈਂ, ਲੰਮੇ ਪਿੰਡ ਬੱਸ ਅੱਡਿਓ ਮੈਂ ਬੱਸ ਚੜਿਆ, ਫਿਰ ਆਣ ਕੇ ਮੈਂ ਮਾਣੋ ਚਾਲ ਖੜਿਆ। ਇੱਥੇ ਮਨ ਵਿੱਚ ਇੱਕ ਆਇਆ ਖਿਆਲ ਸੀ ਇਸ ਪਿੰਡ ਦਾ ਤਾਂ ਬਾਬਾ ਮਾਣੋ ਚਾਲ ਸੀ, ਦਿਲ ਵਾਲੀ ਅੱਗ ਵਿੱਚ ਬੈਰੀ ਨੂੰ ਸਾੜਦਾ, ਬੱਬਰਾਂ ਦਾ ਮੋਢੀ ਪਿੰਡ ਦਾਸੂ ਆਉਂਦਾ, ਫਿਰ ਬੱਸ ਤਰਨ ਤਰਨ ਸ਼ਹਿਰ ਪੁੱਜ ਗਈ, ਭੋਲੇ ਦਾ ਇਹ ਪਿੰਡ ਮੈਨੂੰ ਗੱਲ ਸੁੱਝ ਗਈ, ਹਰ ਵੇਲੇ ਮੌਤ ਨੂੰ ਜੋ ਕਰਦਾ ਮਖੌਲ ਸੀ, ਅਨਾਰ ਸਿੰਘ ਪਾੜਾ ਨਾਲ ਜੱਜ ਚੌਲ ਸੀ, ਜੜਿਆਲਿਓ ਮੈਂ ਜਾ ਕੇ ਬੱਸ ਬਦਲੀ, ਸੁੱਖਾ ਜਿੰਦਾ ਚੇਤੇ ਆਏ ਵੇਖ ਗੰਦਲੀ, ਉਤਰਿਆ ਜਾ ਕੇ ਫਿਰ ਮੈਂ ਬਟਾਲੇ ਸੀ, ਗੰਗੂ ਹਰਚੰਦ ਵੀ ਅਣਖ ਵਾਲੇ ਸੀ, ਕਲਾ ਨਾਰ ਕੋਲ ਅਗਵਾਨ ਆ ਗਿਆ, ਸਤਵੰਤ ਉੱਤੇ ਮੈਨੂੰ ਬੜਾ ਮਾਣ ਆ ਗਿਆ, ਮੈਂ ਇੱਥੇ ਉੱਥੇ ਮੈਂ ਲੁਧਿਆਣੇ ਵਾਲੇ ਚਾਲੇ ਪਾਏ ਸੀ, 13 ਸਿੰਘਾਂ ਦੇ ਜ਼ਖਮ ਮੈਂ ਸੀਨੇ ਲਾਏ ਸੀ, ਪਹੁੰਚ ਕੇ ਫਲੌਰ ਚੇਤੇ ਆਈ ਗੱਲ ਸੀ, ਨਛੱਤਰ ਸਿੰਘ ਰੋਡੇ ਜਿੱਥੇ ਕੀਤਾ ਹੱਲ ਸੀ, ਕਾਰ ਪਿੱਛੇ ਉਹਨੇ ਬੁਲਟ ਲਾਇਆ ਸੀ, ਜਗਤੂ ਦਾ ਮੇਲ ਉਹਨੇ ਮੌਤ ਨਾਲ ਕਰਾਇਆ ਸੀ, ਹੋਇਆ ਨਾ ਸਬਰ ਫਿਰ ਦਿਲ ਮਰ ਜਾਣੇ ਤੋਂ ਲੈ ਲਿਆ ਬੁਲਟ ਮੈਂ ਵੀ ਲੁਧਿਆਣੇ ਤੋਂ, ਚੜ ਕੇ ਬੁਲਟ ਮੈਂ ਮੋਗੇ ਆ ਗਿਆ, ਝੁਕ ਗਿਆ ਸੀਸ ਜਦੋਂ ਮੈਂ ਰੋਡੇ ਆ ਗਿਆ, ਸੰਤ ਸਿਪਾਹੀ ਸੂਰਮਾ ਦਲੇਰ ਸੀ ਜਿਹਨੂੰ ਲੋਕੀ ਕਹਿੰਦੇ ਭਿੰਡਰਾਂ ਦਾ ਸ਼ੇਰ ਸੀ। ਗੁਰੂ ਪਿਆਰਿਓ ਬੜੇ ਲੰਬੇਰੇ ਇਤਿਹਾਸ ਨੇ, ਕਵੀ ਨੇ ਬੜਾ ਮੋਤੀਆਂ ਦੇ ਵਿੱਚ ਪਰੋ ਕੇ ਜਿੱਥੇ ਜਿੱਥੇ ਦੇ ਨੌਜਵਾਨ ਸੂਰਵੀਰ ਯੋਧੇ ਪੈਦਾ ਹੋਏ ਨੇ ਕਲਮ ਦੇ ਵਿੱਚ ਪਰੋਣ ਦਾ ਯਤਨ ਕੀਤਾ ਹੈ। ਗੁਰੂ ਪਿਆਰਿਓ ਗੁਰਜੰਟ ਸਿੰਘ ਚੇਤੇ ਆਇਆ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਮਾਝੇ ਦੇ ਸਿੰਘਾਂ ਨੂੰ ਜਿਸ ਉੱਤੇ ਮਾਣ ਸੀ,
ਨਾਮ ਜੁਗਰਾਜ ਆਖ ਦੇ ਤੂਫਾਨ ਸੀ ਮਲੋਹ ਵਿੱਚ ਜੰਮਿਆ ਸੀ ਬੇਅੰਤ ਸੂਰਮਾ ਇੰਦਰਾ ਨੂੰ ਜਿਹਨੇ ਜਾਣ ਦਿੱਤਾ ਦੂਰ ਨਾ ਚੌਂਕ ਵਿੱਚ ਖੜਾ ਬੈਰੀ ਨੂੰ ਲਲਕਾਰਦਾ ਸੰਧੜਾਏ ਪਿੰਡ ਜੋਧੇ ਰਸ਼ਪਾਲ ਦਾ ਤੇ ਗੁਰੂ ਪਿਆਰੇ ਕਵਿਤਾ ਦੇ ਵਿੱਚ ਵਿੱਚ ਇਸ ਬੋਲ ਚ ਮੈਂ ਕੁਝ ਕੁ ਗੱਲਾਂ ਸਾਂਝੀਆਂ ਕਰਦਾ ਵਾਂ ਕੁਝ ਕੁ ਵਧਾਈ ਦੇਣੀ ਵੀ ਬਣਦੀ ਹੈ ਸੰਗਤਾਂ ਨੂੰ ਕਿਉਂਕਿ ਐਤਕੀ ਪੰਥਕ ਦੋ ਚਿਹਰੇ ਜਿੱਤ ਕੇ ਤੁਸੀਂ ਸੰਸਦ ਦੇ ਵਿੱਚ ਭੇਜੇ ਨੇ ਗੁਰੂ ਪਿਆਰਿਓ ਵੀਰ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਗੁਰੂ ਪਿਆਰਿਓ ਇੱਥੇ ਮੈਂ ਜ਼ਿਕਰ ਕੀਤਾ ਮਲੋਹ ਦਾ ਜਿੱਥੇ ਬੇਅੰਤ ਸੂਰਮਾ ਜੰਮਿਆ ਉਹਨਾਂ ਦੇ ਪੋਤੇ ਨੂੰ ਗੁਰੂ ਪਿਆਰਿਓ ਜਿੱਤ ਕੇ ਆਪਾਂ ਸੰਸਦ ਜਿਤਾ ਕੇ ਸੰਸਦ ਚ ਭੇਜਿਆ ਗੁਰੂ ਪਿਆਰਿਓ ਇੱਥੇ ਹੀ ਵੀਰ ਰਸ਼ਪਾਲ ਸਿੰਘ ਸੰਧੜਾ ਦਾ ਵੀ ਪੁੱਤਰ ਖੜਾ ਸੀ ਪਰ ਲੇਕਿਨ ਲੁਧਿਆਣੇ ਤੋਂ ਆਪਾਂ ਉਹਨਾਂ ਨੂੰ ਜਿਤਾ ਨਾ ਸਕੇ ਕਿਉਂਕਿ ਪ੍ਰਚਾਰ ਹੀ ਨਹੀਂ ਕਰ ਸਕੇ ਕਿ ਸੰਧੜਾ ਦੇ ਪਰਿਵਾਰ ਵਿੱਚੋਂ ਬਈ ਰਸ਼ਪਾਲ ਸਿੰਘ ਸ਼ਹੀਦ ਦੇ ਪਰਿਵਾਰ ਵਿੱਚੋਂ ਵੀ ਕੋਈ ਚਿਹਰਾ ਖੜਾ ਹੈ ਜੇ ਪ੍ਰਚਾਰ ਹੁੰਦਾ ਜਿਵੇਂ ਸੰਗਤਾਂ ਨੇ ਸਹਿਯੋਗ ਦਿੱਤਾ ਹੋ ਸਕਦਾ ਤੀਸਰਾ ਚਿਹਰਾ ਵੀ ਆਪਾਂ ਜਿਤਾ ਕੇ ਭੇਜ ਦਿੰਦੇ ਗੁਰੂ ਪਿਆਰਿਓ ਚੌਂਕ ਵਿੱਚ ਖੜਾ ਬੈਰੀ ਨੂੰ ਲਲਕਾਰਦਾ ਸੰਧੜਾ ਸੀ ਪਿੰਡ ਜੋਧੇ ਰਸ਼ਪਾਲ ਦਾ ਬਹੁਤ ਸਾਰੇ ਪਿੰਡ ਮੈਂ ਘੁੰਮਣੋ ਵੀ ਰਹਿ ਗਿਆ ਫਿਰ ਮੈਂ ਉਹਨਾਂ ਸਿੰਘਾਂ ਦੇ ਖਿਆਲਾਂ ਵਿੱਚ ਬਹਿ ਗਿਆ ਮੰਗਦਾ ਹਾਂ ਮਾਫੀ ਸੋਢੀ ਤੇ ਚਟਾਣੇ ਤੋਂ ਨਾਲੇ ਬਲਵੰਤ ਸਿੰਘ ਰਾਜੇ ਵਾਲੇ ਤੋਂ ਜਿਨ੍ਹਾਂ ਦੇ ਪਿੰਡ ਵੱਲ ਮੈਂ ਜਾ ਨਾ ਸਕਿਆ ਜਿਨ੍ਹਾਂ ਦੇ ਮਾਪਿਆਂ ਨੂੰ ਮੈਂ ਜਾ ਨਾ ਤੱਕਿਆ ਗੁਰੂ ਪਿਆਰੇ ਸਿੱਖੀ ਜੰਮੀ ਹੈ ਖੰਡੇ ਦੀ ਧਾਰ ਵਿੱਚੋਂ ਮੈਂ ਇਹ ਕੁਝ ਸਿੱਖਿਆ ਚਮਕੌਰ ਗੜੀ ਤੋਂ ਫਿਰ ਮੈਂ ਚੱਲ ਕੇ ਅਨੰਦਪੁਰ ਸਾਹਿਬ ਆ ਗਿਆ ਜਿੱਥੋਂ ਕੁਰਬਾਨੀਆਂ ਦਾ ਦੌਰ ਆ ਗਿਆ ਚੰਦਰੀਆਂ ਨਜ਼ਰਾਂ ਪੰਜਾਬ ਖਾਲਿਆ ਕਰੀ ਤੂੰ ਮੇਹਰ ਹੁਣ ਵਾਜਾਂ ਵਾਲਿਆ ਆਓ ਮੈਂ ਜ਼ਿਕਰ ਕੀਤਾ ਹੈ ਮੈਂ ਆਪਣੀ ਮਨ ਵਿਰਤੀ ਇਕਾਗਰ ਕਰਕੇ ਲੈ ਚੱਲੀਏ ਹੁਸ਼ਿਆਰਪੁਰ ਦਾ ਜ਼ਿਲ੍ਹਾ ਇਸ ਦੇ ਨਗਰ ਦੀ ਗੱਲ ਕਰਨੀ ਅੱਜ ਮੈਂ ਜ਼ਿਲ੍ਹੇ ਤੋਂ ਬਾਹਰ ਨਹੀਂ ਜਾਣਾ ਕਿਉਂਕਿ ਇਹ ਇਤਿਹਾਸ ਸਾਡੇ ਨੌਜਵਾਨ ਵੀਰਾਂ ਨੂੰ ਬੱਚਿਆਂ ਨੂੰ ਪਤਾ ਲੱਗਣੇ ਚਾਹੀਦੇ ਨੇ ਆਓ ਗੁਰੂ ਪਿਆਰਿਓ ਮਨ ਵਿਰਤੀ ਇਕਾਗਰ ਕਰਕੇ ਆਪਾਂ ਪਹੁੰਚ ਜਾਈਏ ਕੋਟਲੀ ਬਾਵਾ ਦਾਸ ਹੁਣ ਖੜਕਣ ਲੱਗ ਗਈ ਹੋ ਗਈ ਸਿੰਘਾਂ ਦੇ ਵਿੱਚ ਕਿਹਦਾ ਜ਼ਿਕਰ ਹੋਣ ਲੱਗਿਆ ਉੱਥੇ ਗੁਰੂ ਪਿਆਰਿਓ ਉੱਥੇ ਸਾਬਕਾ ਲੰਬੜਦਾਰ ਬੇਅੰਤ ਸਿੰਘ ਹੋਏ ਨੇ ਗੁਰੂ ਪਿਆਰਿਓ ਹੁਣ ਆਪ ਜੀਆਂ ਦੇ ਮਨ ਦੇ ਵਿੱਚ ਇੱਕ ਵਿਚਾਰ ਤੁਰੇਗੀ ਕਿ ਜਿੰਨਾ ਚਿਕਰ ਕੋਈ ਇਨਸਾਨ ਮਰਦਾ ਨਹੀਂ ਉਹਨਾਂ ਚਿਕਰ ਉਹ ਲੰਬੜਦਾਰ ਰਹਿੰਦਾ ਹੈ ਤੇ ਪਰ ਗੁਰੂ ਪਿਆਰਿਓ ਆ ਪਹਿਲਾ ਲੰਬੜਦਾਰ ਹੈ ਜਿਹਨੂੰ ਸਾਬਕਾ ਲੰਬੜਦਾਰ ਕਿਹਾ ਜਾਂਦਾ ਹੈ ਉਹ ਸਾਬਕਾ ਲੰਬੜਦਾਰ ਕਿਉਂ ਬਣਿਆ ਗੁਰੂ ਪਿਆਰਿਓ ਇੱਧਰ ਉਸ ਸਮੇਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਰਾਜ ਸੀ ਉਹਨਾਂ ਨੇ ਇਸ ਲੰਬੜਦਾਰ ਨੂੰ ਕਹਿਣਾ ਕੀਤਾ ਕਿ ਤੁਹਾਡੇ ਪਿੰਡ ਦਾ ਧੰਨਾ ਸਿੰਘ ਬੱਬਰ ਅਕਾਲੀ ਤੇ ਬਾਂਦਾ ਸਿੰਘ ਧਾਮੀਆਂ ਕਲਾਂ ਦਾ ਬੱਬਰ ਅਕਾਲੀ ਜਿਹਦੇ ਉੱਥੇ ਨਾਨਕੇ ਨੇ ਜੇ ਤੁਸੀਂ ਇਹਨਾਂ ਨੂੰ ਫੜਾ ਦਿਓ ਤੇ ਤੁਹਾਨੂੰ ਮਰੱਬੇ ਦਿੱਤੇ ਜਾਣਗੇ ਤੁਹਾਨੂੰ ਇਨਾਮ ਦਿੱਤੇ ਜਾਣਗੇ ਪਰ ਉਸ ਲੰਬੜਦਾਰ ਬੇਅੰਤ ਸਿੰਘ ਨੇ ਜੁੱਤੀ ਦੀ ਨੋਕ ਦੇ ਨਾਲ ਇਹ ਮਰੱਬੇ ਗੁਰੂ ਪਿਆਰੇ ਉਹ ਠਕਰਾ ਦਿੱਤੇ ਫਿਰ ਅੰਗਰੇਜ਼ਾਂ ਨੇ ਚਾਲ ਚੱਲੀ ਤੇ ਲੰਬੜਦਾਰੀ ਖੋ ਲਈ ਅੱਜ ਇਹ ਸਾਬਕਾ ਲੰਬੜਦਾਰ ਬਣੇ ਨੇ ਉਹਨਾਂ ਦੇ ਤਿੰਨ ਪੁੱਤਰ ਨੇ ਗੁਰੂ ਪਿਆਰਿਓ ਉਹਨਾਂ ਦੇ ਵਿੱਚ ਜਥੇਦਾਰ ਦਲਜੀਤ ਸਿੰਘ ਜਿਨ੍ਹਾਂ ਦੇ ਘਰ ਅੱਜ ਇੱਕ ਪੁੱਤਰ ਨੇ ਜਨਮ ਲੈਣਾ ਹੈ ਤੇ ਗੁਰੂ ਪਿਆਰਿਓ ਇੱਥੇ ਮੈਂ ਜ਼ਿਕਰ ਕਰਦਾ ਵਾ ਅਖੰਡ ਕੀਰਤਨੀ ਜਥੇ ਦੇ ਨਾਲ ਪਰਿਵਾਰ ਦਾ ਬੜਾ ਪਿਆਰ ਹੈ ਅੱਜ ਅਖੰਡ ਕੀਰਤਨੀ ਜਥੇ ਨੂੰ ਪਰਿਵਾਰ ਦੇ ਵਿੱਚ ਬੁਲਾਇਆ ਗਿਆ ਤੇ ਕੀਰਤਨ ਚੱਲ ਰਿਹਾ ਗੁਰੂ ਪਿਆਰਿਓ ਲਗਾਤਾਰ 18 ਘੰਟੇ ਕੀਰਤਨ ਹੋਇਆ ਤੇ ਅੱਜ ਨਰਿੰਦਰ ਕੌਰ ਦੀ ਕੁੱਖ ਦੇ ਵਿੱਚੋਂ ਇੱਕ ਬੱਚੇ ਨੇ ਜਨਮ ਲਿਆ ਹੈ ਜਨਮ ਲੈਂਦਿਆਂ ਕੀਰਤਨ ਦੀਆਂ ਧੁਨਾਂ ਗੁਰੂ ਪਿਆਰਿਓ ਕੰਨਾਂ ਦੇ ਵਿੱਚ ਪਈਆਂ ਨੇ
ਤੇ ਗੁਰੂ ਪਿਆਰੇ ਕੁਝ ਕੁ ਦਿਨ ਬੀਤੇ ਨੇ, ਅੱਜ ਗੁਰੂ ਦੇ ਵਜ਼ੀਰ ਨੇ ਹੁਕਮਨਾਮਾ ਲਿਆ ਤੇ ਸੱਸਾ ਅੱਖਰ ਆਇਆ ਤੇ ਗੁਰੂ ਪਿਆਰੇ ਆਪ ਸੰਗਤਾਂ ਸੂਝ ਬਣ ਬੈਠੀਆਂ। ਜਦੋਂ ਸਾਡੇ ਘਰ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਆਪਾਂ ਸਾਹਿਬਾਂ ਦਾ ਓਟ ਆਸਰਾ ਲੈਂਦੇ ਹਾਂ ਤੇ ਹੁਕਮਨਾਮਾ ਲੈਂਦੇ ਹਾਂ, ਜਿਹੜਾ ਅਕਸ਼ਰ ਆਉਂਦਾ ਅਸੀਂ ਆਪਣੇ ਬੱਚੇ ਦਾ ਨਾਮ ਕਰਨ ਉਸ ਅਕਸ਼ਰ ਤੋਂ ਕਰਦੇ ਹਾਂ। ਤੇ ਗੁਰੂ ਪਿਆਰੇ ਸੱਸਾ ਆਇਆ ਤੇ ਨਾਂ ਰੱਖਿਆ ਗਿਆ ਸੁਰਿੰਦਰ ਸਿੰਘ ਤੇ ਗੁਰੂ ਪਿਆਰੇ ਕਿਸੇ ਨੇ ਗੋਰਾ ਸੱਦਿਆ ਕਿਸੇ ਨੇ ਕੁਝ ਸੱਦਿਆ ਤੇ ਦਾਦੀ ਚਰਨ ਕੌਰ ਕਹਿੰਦੀ ਹੈ ਜੇ ਪਾਤਸ਼ਾਹ ਦੇ ਬਾਗ ਦੇ ਮੁੱਖ ਬਾਗ ਦੇ ਵਿੱਚੋਂ ਸੱਸਾ ਆਇਆ ਤੇ ਮੈਂ ਛੋਟਾ ਨਾਂ ਵੀ ਸੱਸੇ ਤੇ ਰੱਖਾਂਗੀ। ਤੇ ਨਾਂ ਰੱਖਿਆ ਗਿਆ ਸੋਢੀ, ਸੁਰਿੰਦਰ ਸਿੰਘ ਸੋਢੀ ਨਾਂ ਰੱਖਿਆ ਗਿਆ। ਗੁਰੂ ਪਿਆਰਿਓ ਸਮਾਂ ਬੀਤਿਆ ਹੈ ਤੇ 7-8 ਸਾਲ ਦੀ ਉਮਰ ਹੋਈ ਹੈ ਤੇ ਮਾਂ ਬਾਪ ਜਿਹੜੇ ਹੈ ਉਹ ਗੁਜ਼ਰ ਗਏ ਨੇ, ਮਾਂ ਬਾਪ ਚੜ੍ਹਾਈ ਕਰ ਗਏ, ਤਾਈ ਤੇ ਤਾਏ ਨੇ ਪਾਲਿਆ ਗੁਰੂ ਪਿਆਰਿਓ, ਹੁਣ ਤਾਈ ਤੇ ਤਾਏ ਨੇ ਪਾਲਿਆ ਗੁਰੂ ਪਿਆਰਿਓ, ਹੁਣ ਸਕੂਲੇ ਪੜ੍ਹਨ ਜਾਂਦਾ। ਜਦੋਂ ਪੜ੍ਹਨ ਜਾਂਦਾ ਤੇ ਮਨ ਦੇ ਵਿੱਚ ਕਿਉਂਕਿ ਸ਼ੁਰੂ ਤੋਂ ਹੀ ਬੜਾ ਫਰਤੀਲਾ ਸੀ ਤੇ ਮੈਂ ਇੱਥੇ ਜ਼ਿਕਰ ਕਰ ਦੇਵਾਂ ਅੱਤ ਭਾਗ ਚੰਗੇ ਹੈ ਸਾਡੇ ਤੇ ਕੁਝ ਕੁ ਚਿਹਰਿਆਂ ਨੇ ਵੀ ਦੇਖਿਆ ਹੋਵੇਗਾ, ਦਰਸ਼ਨ ਦੀਦਾਰੇ ਕੀਤੇ ਹੋਣਗੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਦੇ, ਕਿਉਂਕਿ ਮੈਂ ਦਰਸ਼ਨ ਦੀਦਾਰੇ ਕੀਤੇ ਨੇ ਬਚਪਨ ਦੇ ਵਿੱਚ। ਤੇ ਗੁਰੂ ਪਿਆਰਿਓ ਜਦੋਂ ਸੁਰਿੰਦਰ ਸਿੰਘ ਸੋਢੀ ਪੜ੍ਹ ਜਾਂਦਾ ਮਨ ਦੇ ਵਿੱਚ ਇੱਕ ਚਾਓ ਆਇਆ ਕਿਉਂ ਨਾ ਬੁਲਟ ਲਿਆ ਜਾਵੇ। ਹੁਣ ਤਾਈ ਨੂੰ ਬਿਨੈ ਕੀਤੀ ਹੈ ਕਿ ਤਾਈ ਮੈਂ ਬੁਲਟ ਲੈਣਾ ਚਾਹੁੰਦਾ ਤੇ ਹੁਣ ਬੱਚਿਆਂ ਨੂੰ ਅਸੀਂ ਵੀ ਟਾਲ ਦਿੰਦੇ। ਉਸ ਸਮੇਂ ਤਾਈ ਤੇ ਤਾਏ ਨੇ ਸੁਰਿੰਦਰ ਸਿੰਘ ਸੋਢੀ ਨੂੰ ਟਾਲ ਦਿੱਤਾ ਹੈ ਕਿ ਤੂੰ ਅਜੇ ਬੱਚਾ ਹੈ ਤੇ ਹੁਣ ਅੱਖਾਂ ਭਰੀਆਂ ਹੋਈਆਂ ਨੇ। ਤੇ ਸੁਰਿੰਦਰ ਸਿੰਘ ਸੋਢੀ ਭਾਈ ਸਾਹਿਬ ਕਹਿਣ ਲੱਗੇ ਜੇ ਮੇਰੇ ਮਾਂ ਬਾਪ ਜਿਉਂਦੇ ਹੁੰਦੇ ਤੇ ਉਹ ਮੈਨੂੰ ਲੈ ਕੇ ਨਾ ਦਿੰਦੇ। ਹੁਣ ਤਾਏ ਦੇ ਮਨ ਦੇ ਵਿੱਚ ਪਿਆਰ ਤੇ ਮੋਹ ਜਾਗਿਆ। ਗੁਰੂ ਪਿਆਰਿਓ 6000 ਦਾ ਬੁਲਟ ਮੋਟਰਸਾਈਕਲ ਲੈ ਕੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਦਿੱਤਾ ਤੇ ਗੁਰੂ ਪਿਆਰਿਓ ਹੁਣ ਬੁੱਲੋਵਾਲ ਦੇ ਸਕੂਲ ਦੇ ਵਿੱਚ ਗੁਰੂ ਪਿਆਰਿਓ ਬੁਲਟ ਮੋਟਰਸਾਈਕਲ ਤੇ ਪੜ੍ਹਨ ਜਾਣ ਲੱਗਾ ਹੈ। ਜਦੋਂ ਛੁੱਟੀ ਦਾ ਟਾਈਮ ਅੱਧੀ ਛੁੱਟੀ ਦਾ ਟਾਈਮ ਹੁੰਦਾ ਗੁਰੂ ਪਿਆਰਿਓ ਗਰਾਊਂਡ ਦੇ ਵਿੱਚ ਅਨੇਕਾਂ ਕੌਤਕ ਕਰਦਾ ਹੈ। ਕਦੇ ਗੁਰੂ ਪਿਆਰਿਓ ਸੀਟ ਦੇ ਉੱਤੇ ਖੜ ਕੇ ਦਸਤਾਰ ਸਜਾਉਂਦਾ, ਅਨੇਕਾਂ ਕਰਤੱਵ ਕਰਦਾ ਹੈ। ਜਦੋਂ ਇਸ ਚੀਜ਼ ਨੂੰ ਕਿਸੇ ਕਵੀ ਨੇ ਤੱਕਿਆ ਹੈ, ਸੰਸਾਰ ਨੇ ਤੱਕਿਆ ਹੈ, ਉਹ ਕਹਿੰਦਾ ਹੈ ਕੋਈ ਉੱਡਣਾ ਪੰਛੀ ਅਮਰਾਂ ਤੋਂ ਧਰਤੀ ਤੇ ਆਇਆ ਕਰਿਆਣੇ ਦੇ ਸਾਥੀ ਹੇ ਇਉਂ ਵਿਆਹ
ਵੀ ਉਮਰ ਚ ਵੱਡਿਆਂ ਦਾ ਵੀ ਚਾਬਿਆ ਸੀ ਮੋਢੀ ਉਹ ਉਸ ਵੱਲ ਖਿੱਚਿਆ ਜਾਵੇ ਜਿਸ ਨੇ ਦਰਸ਼ਨ ਪਾਇਆ ਚਲਾਉਂਦਾ ਸਰਕਸ ਚਾਪੇ ਖੇਡੇ ਬਿਨਾਂ ਝਿਜਕਿਆ ਰਸਤੇ ਲੰਘੇ ਸਾਰੇ ਬਿੰਗੇ ਟੇਡੇ ਬਿਨਾਂ ਝਿਜਕਿਆ ਰਸਤੇ ਲੰਘੇ ਸਾਰੇ ਬਿੰਗੇ ਟੇਡੇ ਮੋਟਰਸਾਈਕਲ ਰੇਲ ਗੱਡੀ ਦੀ ਪਟੜੀ ਉੱਤੇ ਚਲਾਇਆ ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ ਉੱਡਣਾ ਪੰਛੀ ਅੰਬਰ ਅੰਬਰ ਵਾਲਾ।
ਵਾਲਾ ਧਰਤੀ ਉੱਤੇ ਆਇਆ। ਗੁਰੂ ਪਿਆਰੇ ਲੋਕੀ ਜਦੋਂ ਤੱਕਦੇ ਨੇ ਨਾ ਇਸ ਉਮਰ ਦੇ ਵਿੱਚ 9-10 ਸਾਲ ਦੀ ਉਮਰ ਦੇ ਵਿੱਚ ਤੇ ਸਾਰੇ ਕਹਿੰਦੇ ਨੇ ਕਿ ਇਹ ਕੋਈ ਉੱਡਣਾ ਪੰਛੀ ਧਰਤੀ ਦੇ ਉੱਤੇ ਆਇਆ। ਤੇ ਗੁਰੂ ਪਿਆਰੇ ਹੁਣ 9ਵੀਂ ਕਲਾਸ ਦੇ ਵਿੱਚੋਂ ਹਟ ਕੇ ਹੁਣ ਹਰੀਆਂ ਬੇਲਾਂ ਗੁਰਦੁਆਰਾ ਸਾਹਿਬ ਵਿੱਚ ਪਹੁੰਚ ਜਾਂਦਾ ਹੈ। ਤੇ ਗੁਰੂ ਪਿਆਰਿਓ ਜਦੋਂ ਹਰੀਆਂ ਬੇਲਾਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰੂ ਪਿਆਰਿਓ ਗੱਤਕਾਂ ਦੀ ਵਿਦਿਆ ਗੱਤਕੇ ਦੀ ਵਿਦਿਆ ਲੈਂਦਾ ਹੈ। ਤੇ ਗੁਰੂ ਪਿਆਰਿਓ ਸਮਾਂ ਬੀਤਦਾ ਜਦੋਂ ਗੱਤਕੇ ਦੀ ਉੱਥੇ ਵਿਦਿਆ ਲੈਂਦਾ ਹੈ। 20ਵੀਂ ਸਦੀ ਦੇ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅੱਜ ਹਰੀਆਂ ਬੇਲਾਂ ਵਾਲੇ ਅਸਥਾਨ ਗੁਰਦੁਆਰਾ ਸਾਹਿਬ ਵਿਖੇ ਪਹੁੰਚਦੇ ਨੇ ਤੇ ਉਹਨਾਂ ਦੀ ਪਾਰਖੂ ਨਜ਼ਰ ਆ ਜਿਹੜੀ ਉਹ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਦੇ ਉੱਤੇ ਪੈਂਦੀ ਹੈ। ਜਦੋਂ ਗੁਰੂ ਪਿਆਰੇ ਉਹ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਤੇ ਨਜ਼ਰ ਪੈਂਦੀ ਹੈ ਹੁਣ ਤੱਕ ਲੈਂਦੇ ਨੇ ਕਿ ਇਹ ਕੋਈ ਸੂਰਵੀਰ ਯੋਧਾ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਗੱਲਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਤੇ ਗੁਰੂ ਪਿਆਰੇ ਲਿਖੀਆਂ ਜਾਣਗੀਆਂ। ਤੇ ਗੁਰੂ ਪਿਆਰਿਓ ਮੈਂ ਇੱਥੇ ਇੱਕ ਗੱਲ ਕਰ ਜਾਵਾਂ, ਕਈ ਵਾਰ ਮੇਰੇ ਵਰਗੇ ਜਿਹੜੇ ਕੱਟੜ ਲੋਕ ਹੁੰਦੇ ਨੇ ਉਹ ਕਈ ਵਾਰ ਸਾਨੂੰ ਕੁਝ ਨਾ ਕੁਝ ਕਹਿਣਾ ਕਰ ਜਾਂਦੇ ਨੇ। ਜਦੋਂ ਮੈਂ ਆਇਆ ਤੇ ਇੱਕ ਸਿੰਘ ਨੇ ਵਿਚਾਰ ਕੀਤੀ ਕਿ ਥੋੜੀ ਜਿਹੀ ਜਿਹੜੀ ਗੱਲ ਹੈ ਨਾ ਜਿਹੜੇ ਬੋਲਨੇ ਆ ਜਾਂ ਜਿਹਨਾਂ ਨੇ ਦਾੜੀਆਂ ਕੱਟੀਆਂ ਉਹਨਾਂ ਤੇ ਲਾਇਓ। ਮੈਂ ਕਿਹਾ ਕੋਈ ਨੀ ਜ਼ਰੂਰ ਕਰਾਂਗੇ। ਪਰ ਗੁਰੂ ਪਿਆਰੇ ਜਦੋਂ ਮੈਂ ਲੰਗਰ ਘਰ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਨਿਗਾਹ ਮਾਰੀ 100-80% ਜਿਹੜੇ ਸਾਡੇ ਸੇਵਾਦਾਰ ਸਨ ਉਹ ਮੋਨੇ ਵੀਰ ਸਨ। ਤੇ ਗੁਰੂ ਪਿਆਰੇ ਮੈਂ ਜ਼ਿਕਰ ਕਰ ਜਾਵਾਂ, ਕਦੇ ਤੁਸੀਂ ਤੱਕਿਓ ਸੂਝਵਾਨ ਸਰੋਤੇ ਬੈਠੇ ਹੋ, ਇੱਕ ਇੱਟ ਨੂੰ ਲੈ ਲਈਏ ਇੱਕ ਰੱਸੇ ਨੂੰ ਲੈ ਲਈਏ, ਉਸ ਇੱਟ ਦੇ ਨਾਲ ਅਸੀਂ ਰੱਸੇ ਤੇ ਵਾਰ ਕਰੀਏ ਨਾ ਤੇ ਉਹ ਜਿਹੜੀ ਇੱਟ ਆ ਰੱਸੇ ਨੂੰ ਕੱਟ ਦਿੰਦੀ ਹੈ। ਤੇ ਕਦੇ ਧਿਆਨ ਮਾਰ ਕੇ ਦੇਖਿਓ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਉਹ ਰੱਸਾ ਜਿਹੜਾ ਨਾ ਖੂਹੀ ਦੀ ਮੋੜ ਦੇ ਉੱਤੇ ਸਾਡੀਆਂ ਬੀਬੀਆਂ ਭੈਣਾਂ ਪਾਣੀ ਕੱਢਿਆ ਕਰਦੀਆਂ ਸਨ, ਉਹ ਜਦੋਂ ਰੱਸਾ ਖੂਹੀ ਦੀ ਮੋੜ ਦੇ ਉੱਤੇ ਘਸਦਾ ਨਾ ਤੇ ਹੌਲੀ 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 ਉਸ ਇੱਟ ਨੂੰ ਕਸਾ ਦਿੰਦਾ ਹੈ। ਤੇ ਗੁਰੂ ਪਿਆਰੇ ਜਿੰਨਾ ਚਿਕਰ ਅਸੀਂ ਆਪਣੇ ਭਰਾਵਾਂ ਨੂੰ ਹੌਲੀ ਹੌਲੀ ਗੁਰੂ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਉਹ ਆਪਣੇ ਆਪ ਇਸ ਰੰਗ ਦੇ ਵਿੱਚ ਰੰਗੇ ਜਾਣਗੇ, ਕਿਉਂਕਿ ਸਾਡਾ ਫਰਜ਼ ਬਣਦਾ ਹੈ ਅਸੀਂ ਇਹਨਾਂ ਨੂੰ ਚੜ੍ਹਦੀ ਕਲਾ ਦੇ ਇਤਿਹਾਸ ਦੇ ਨਾਲ ਗੁਰੂ ਦੀ ਗੁਰਬਾਣੀ ਦੇ ਨਾਲ ਜੋੜਨ ਦਾ ਯਤਨ ਕਰੀਏ, ਨਾ ਕਿ ਅਸੀਂ ਵਿਵਾਦਾਂ ਦੇ ਵਿੱਚ ਪਈਏ। ਤੇ ਗੁਰੂ ਪਿਆਰੇ ਚਾਹੇ ਕਿਸੇ ਲੰਗਰ ਦੇ ਵਿੱਚ ਨਿਗਾਹ ਮਾਰ ਲਿਓ, ਤੁਸੀਂ ਅਨੰਦਪੁਰ ਸਾਹਿਬ ਦੇ ਦਰਸ਼ਨ ਦੁਦਾਰੇ ਕਰਨ ਵਾਸਤੇ ਜਾਂਦੇ ਹੋ ਜਿੰਨੇ ਵੀ ਲੰਗਰ ਮਿਲਦੇ ਨੇ ਤੇ ਸਾਡੇ ਵੀਰ ਜਿਹੜੇ ਨੇ ਉਹ ਇਹੋ ਜਿਹੇ ਨੇ, ਪਰ ਆਪਾਂ ਇਹਨਾਂ ਨੂੰ ਸਮਝਾਉਣਾ ਨਹੀਂ ਕੀਤਾ, ਆਪਾਂ ਇਹਨਾਂ ਨੂੰ ਦਰਕਾਰਿਆ ਹੈ। ਜਦੋਂ ਕਿਸੇ ਨੂੰ ਦਰਕਾਰੀਏ ਉਹ ਟੁੱਟ ਜਾਂਦਾ ਹੈ। ਆਹ ਮਨਵਿਰਤੀਆਂ ਇਕਾਗਰ ਕਰਕੇ ਆਪਾਂ ਇੱਧਰ ਆਈਏ ਤੇ ਇਤਿਹਾਸ ਦੇ ਪੰਨੇ ਸਾਂਝੇ ਕਰੀਏ। ਹੁਣ ਹਰੀਆਂ ਬੇਲਾਂ ਗੁਰਦੁਆਰਾ ਸਾਹਿਬ ਵਿਖੇ ਇੱਧਰ ਪਾਰਖੂ ਨਜ਼ਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਪਛਾਣਿਆ ਹੈ ਸੁਰਿੰਦਰ ਸਿੰਘ ਸੋਢੀ ਭਾਈ ਸਾਹਿਬ ਨੂੰ। ਜਦੋਂ ਪਛਾਣਿਆ ਹੈ ਅੱਜ ਸੁਰਿੰਦਰ ਸਿੰਘ ਸੋਢੀ ਭਾਈ ਸਾਹਿਬ ਨੂੰ ਆਪਣੇ ਜਥੇ ਦੇ ਵਿੱਚ ਰਲਾਇਆ ਹੈ, ਅੱਜ ਤੋਂ ਟਕਸਾਲ ਦੇ ਨਾਲ ਜੁੜਨਾ ਹੋ ਗਿਆ ਭਾਈ ਸਾਹਿਬ ਦਾ। ਹੁਣ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਲ ਮਹਿਤਾ ਚੌਂਕ ਚਲੇ ਗਏ ਨੇ ਤੇ ਗੁਰੂ ਪਿਆਰੇ ਬਹੁਤਾ ਸਮਾਂ ਉੱਥੇ ਜਦੋਂ ਗੁਜ਼ਾਰਿਆ ਤੇ ਅੱਜ ਬਿਨੈ ਕੀਤੀ ਹੈ ਸੰਤ ਮਹਾਂਪੁਰਸ਼ਾਂ ਨੂੰ ਤੇ ਗੁਰੂ ਪਿਆਰਿਓ ਮੈਂ ਸਮੇਂ ਦੇ ਵਿੱਚ ਰਹਿ ਕੇ ਇਤਿਹਾਸ ਦੇ ਪੰਨੇ ਵੀ ਸਾਂਝੇ ਕਰਨੇ ਨੇ ਤੇ ਕੁਝ ਕੁ ਧੰਨਵਾਦ ਹੈ ਸਾਡੇ NRI ਵੀਰਾਂ ਦਾ
ਜਿਨ੍ਹਾਂ ਨੇ ਕਮੇਟੀ ਦਾ ਬਹੁਤ ਬਹੁਤ ਸਾਥ ਦਿੱਤਾ ਮਾਇਕ ਤੌਰ ਤੇ ਵੀ ਵੈਸੇ ਵੀ, ਤੇ ਸਾਡੇ ਨਗਰ ਦੀਆਂ ਸੰਗਤਾਂ ਨੇ ਵੀ ਬੜਾ ਸਹਿਯੋਗ ਦਿੱਤਾ, ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਹਿਯੋਗ ਦਿੱਤਾ ਤੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਧੰਨਵਾਦ ਦੇ ਰੂਪ ਦੇ ਵਿੱਚ, ਸ਼ੁਕਰਾਨੇ ਦੇ ਰੂਪ ਦੇ ਵਿੱਚ ਅਖੰਡ ਜਾਪ ਕਰਾਏ, ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਹੈ। ਕਿਉਂਕਿ ਜੋੜ ਮੇਲੇ ਸਾਹਿਬਾਂ ਦੇ ਚਰਨਾਂ ਦੇ ਵਿੱਚ ਹੀ ਮਨਾਈਏ ਤਾਂ ਸੋਹਦੇ ਨੇ। ਆਓ ਗੁਰੂ ਪਿਆਰਿਓ, ਹੁਣ ਮਹਿਤਾ ਚੌਂਕ ਵਿੱਚ ਸੰਗਤਾਂ ਦੇ ਅੱਗੇ ਬਿਨੈ ਕੀਤੀ ਹੈ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਨੇ। ਕਹਿੰਦੇ ਬਾਬਾ ਜੀ, ਉਹ ਮੈਂ ਆਪਣੇ ਘਰ ਤਾਈ ਤੇ ਤਾਏ ਨੂੰ ਮਿਲਣ ਜਾਣਾ ਚਾਹੁੰਦਾ, ਜੇ ਆਪ ਜੀ ਦਾ ਹੁਕਮ ਹੋਵੇ ਮੈਂ ਚਲਿਆ ਜਾਵਾਂ। ਹੁਣ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਘਰ ਪਹੁੰਚੇ ਨੇ, ਜਦੋਂ ਗੁਰੂ ਪਿਆਰੇ ਉਹ ਘਰ ਪਹੁੰਚੇ ਨੇ, ਉਸ ਸਮੇਂ ਨਰਕਧਾਰੀ, ਮੈਂ ਗੱਲ ਕਰ ਜਾਵਾਂ, ਨਿਰੰਕਾਰੀਆਂ ਦਾ ਬੜਾ ਬੋਲਬਾਲਾ ਸੀ, ਕਰਤਾਰੇ ਮਹੰਤ ਦਾ ਸਾਡੇ ਏਰੀਏ ਦੇ ਵਿੱਚ ਬੜਾ ਬੋਲਬਾਲਾ ਸੀ, ਤੇ ਗੁਰੂ ਪਿਆਰਿਓ ਉਹ ਹਮੇਸ਼ਾ ਸਿੱਖ ਕੌਮ ਦੇ ਨਾਲ ਖੇਡੇ ਰਹਿੰਦੇ ਸਨ। ਮੈਂ ਪਹਿਲੀ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਸੀ ਕਿ 13 ਸਿੰਘਾਂ ਦਾ ਅਖੰਡ ਕੀਰਤਨੀ ਹੈ ਜਥੇ ਦੇ 13 ਸਿੰਘ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਧਰਤੀ ਤੇ। ਗੁਰੂ ਪਿਆਰਿਓ, ਜਦੋਂ ਇਹ ਨਰਕ ਧਾਰੀਆਂ ਨੇ ਗੁਰੂ ਸਾਹਿਬਾਂ ਦੀ ਬੇਅਦਬੀ ਕਰਨ ਦੇ ਜਲੂਸ ਦੇ ਰੂਪ ਦੇ ਵਿੱਚ ਬੇਅਦਬੀ ਕੀਤੀ ਹੈ, ਉਹਨਾਂ 13 ਸਿੰਘਾਂ ਨੇ ਰੋਕਣ ਦਾ ਯਤਨ ਕੀਤਾ ਤੇ ਗੁਰੂ ਪਿਆਰਿਓ ਉਹਨਾਂ ਨੂੰ ਇੱਥੇ ਸ਼ਹੀਦ ਕਰ ਦਿੱਤਾ ਗਿਆ। ਤੇ ਗੁਰੂ ਪਿਆਰਿਓ, ਇੱਧਰ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਘਰ ਆਏ ਨੇ, ਘਰ ਆਉਂਦਿਆਂ ਕਹਿੰਦੇ ਮਨ ਬਣਿਆ ਕਿ ਉਹ ਇਲਾਕੇ ਦੇ ਵਿੱਚ ਵਿਚਰੀਏ। ਤੇ ਗੁਰੂ ਪਿਆਰਿਓ, ਜਦੋਂ ਗੁਰੂ ਸਾਹਿਬਾਂ ਦੇ ਨਾਲ ਜੁੜ ਜਾਈਏ ਨਾ, ਉਦੋਂ ਜਦੋਂ ਕਿਰਪਾ ਹੋਵੇ ਉਦੋਂ ਹੀ ਕਿਰਪਾ ਬਣਦੀ ਹੈ, ਭਾਵੇਂ ਸਾਰਾ ਜੀਵਨ ਆਪਾਂ ਗੁਰੂ ਦੇ ਚਰਨਾਂ 'ਚ ਲੇਖੇ ਲਾ ਦਈਏ। ਜਦੋਂ ਅੰਮ੍ਰਿਤ ਦੀ ਦਾਤ ਦੀ ਕਿਰਪਾ ਹੋਣੀ ਹੈ ਗੁਰੂ ਪਿਆਰਿਓ, ਜਦੋਂ ਉਸ ਅਕਾਲ ਪੁਰਖ ਦੀ ਕਿਰਪਾ ਹੋਣੀ ਉਦੋਂ ਹੀ ਹੋਣਾ ਹੈ। ਤੇ ਗੁਰੂ ਪਿਆਰਿਓ, ਕੁਝ ਕੁ ਜ਼ਿਕਰ ਮੈਂ ਕਰਦਾ ਵਾਂ, ਮੈਂ ਦਰਸ਼ਨ ਦਿਦਾਰੇ ਕੀਤੇ ਨੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਦੇ, ਉਹਨਾਂ ਦੀ ਆਉਣੀ ਜਾਣੀ ਸੀ ਸਾਡੇ ਪਿੰਡ ਮਹਿੰਦਰ ਸਿੰਘ ਤੋਤੀ ਦੇ ਨਾਲ। ਤੇ ਗੁਰੂ ਪਿਆਰਿਓ ਪਹਿਲਾਂ ਤੋਂ ਥੋੜੇ ਜਿਹੇ ਇਲਤੀ ਸੁਭਾਅ ਦੇ ਵੀ ਸਨ, ਕਈ ਵਾਰ ਬੱਸ ਦੇ ਵਿੱਚ ਬਰਾਤ ਛੱਡ ਆਉਣੀ ਮੁੜ ਕੇ ਲੈਣ ਹੀ ਨਹੀਂ ਜਾਣਾ, ਇਲਤੀ ਸੁਭਾਅ ਦੇ ਵੀ ਸਨ, ਪਰ ਜਦੋਂ ਕਿਰਪਾ ਹੋਈ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ, ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕੀਤਾ ਤੇ ਅੱਜ ਘੁੰਮਦਿਆਂ ਘੁਮਾਉਂਦਿਆਂ ਗੁਰੂ ਪਿਆਰਿਓ ਬੁੱਲੋਵਾਲ ਦੇ ਅੱਡੇ ਦੇ ਵਿੱਚ ਪਹੁੰਚੇ ਨੇ। ਹੁਣ ਬੁੱਲੋਵਾਲ ਦੇ ਅੱਡੇ ਦੇ ਵਿੱਚ ਇੱਕ ਸਾਈਡ ਤੇ ਖੜੇ ਨੇ ਤੇ ਗੁਰੂ ਪਿਆਰਿਓ ਮੁਲਟ ਮੋਟਰਸਾਈਕਲ ਤੇ ਦੋ ਸਿੰਘ ਆਏ, ਉਹਨਾਂ ਨੇ ਆਪਣਾ ਮੋਟਰਸਾਈਕਲ ਹੁਣ ਬਾਣੇ ਦੇ ਵਿੱਚ ਖੜੇ ਨੇ, ਬਾਣਾ ਪਹਿਨਿਆ ਹੋਇਆ ਹੈ, ਦਸਤਾਰ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਸਤਾਰ ਸਜਾਇਆ ਕਰਦੇ ਸਨ, ਉਵੇਂ ਦਸਤਾਰ ਗੋਲ ਦਸਤਾਰ ਸਜਾਈ ਹੈ। ਉਹਨਾਂ ਨੇ ਰੋਕਿਆ ਮੋਟਰਸਾਈਕਲ ਤੇ ਉਹਨਾਂ ਤੋਂ ਪੁੱਛਿਆ ਸੀ ਫਲਾਨੇ ਥਾਂ ਜਾਣਾ ਚਾਹੁੰਦੇ ਆ, ਤੇ ਹੁਣ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਨੇ ਉਹਨਾਂ ਨੂੰ ਰਾਹ ਦੱਸਿਆ ਤੇ ਲੱਗ ਗਈ 13 ਕੁ ਨਰਕ ਧਾਰੀ ਖੜੇ ਨੇ। ਉਹਨਾਂ ਨੇ ਬਾਣੀ ਤੇ ਬਾਣੇ ਤੇ ਕਟਾਸ਼ ਕਰਨਾ ਗੁਰੂ ਪਿਆਰੇ ਸ਼ੁਰੂ ਕੀਤਾ ਹੈ। ਉਹ ਕਹਿੰਦੇ ਨੇ ਇਹ ਨਿਹੰਗ ਸਿੰਘ ਕਈ ਕਈ ਦਿਨ ਨਹੀਂ ਪਾਉਂਦੇ, ਇਹਨਾਂ ਨੇ ਘੱਗਰੀਆਂ ਪਹਿਨੀਆਂ ਹੋਈਆਂ ਨੇ। ਪਹਿਲਾਂ ਤਾਂ ਭਾਈ ਸਾਹਿਬ ਦੇ ਮਨ 'ਚ ਵਿਚਾਰ ਬਣਿਆ ਕਿ ਇਹ 13 ਤੇ ਮੈਂ ਇਕੱਲਾ, ਪਰ ਗੁਰੂ ਪਿਆਰਿਓ ਉਸ ਲਈ ਦਿਮਾਗ ਦੇ ਵਿੱਚ ਖੜਕ ਗਈ ਕਿ ਪਾਤਸ਼ਾਹ ਨੇ ਤੇ ਸਾਨੂੰ ਬੜਾ ਵੱਡਾ ਖਿਤਾਬ ਦਿੱਤਾ ਹੈ, 1,25,000 ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ। ਹੁਣ ਯਾਦ ਆਇਆ ਜਦੋਂ ਸਾਹਿਬਾਂ ਦੇ ਇਸ ਬਾਗ ਦਾ ਤੇ ਸਾਹਮਣੇ ਗੁਰੂ ਪਿਆਰਿਓ ਚੱਕ ਰਾਜੂ ਦਾ ਭਾਈ ਭਜਨ ਸਿੰਘ ਚੱਲ ਕੇ ਆ ਰਿਹਾ ਹੈ, ਜਿੱਥੇ ਉਹਨੇ ਆਪਣੇ ਨਾਲ ਰਾਸ਼ਨ ਪਾਣੀ ਚੱਕਿਆ ਤੇ ਇੱਕ ਮੋਢੇ ਦੇ ਉੱਤੇ ਗੁਰੂ ਪਿਆਰਿਓ ਤੰਗਲੀ ਚੱਕੀ ਹੋਈ ਹੈ। ਹੁਣ ਜਿਹੜੇ ਤੰਗਲੀ ਚੱਕੀ ਹੈ, ਸੂਰਬੀਰ ਯੋਧੇ ਦਾ ਦਿਮਾਗ ਖੜਕਿਆ, ਉਹਨੇ ਕਿਹਾ ਭਾਈ ਸਾਹਿਬ ਤੰਗਲੀ ਲੈ ਕੇ ਆਇਓ,
ਇਹਦੀ ਕਿੰਨੀ ਕੁ ਗਰੰਟੀ ਹੈ ਕਿ ਇਹ ਛੋਲਿਆਂ ਦਾ ਫੱਕ ਲਾ ਦੇਵੇਗੀ? ਉਹ ਕਹਿੰਦੇ ਹਾਂ ਬਈ, ਦੁਕਾਨਦਾਰ ਨੇ ਤਾਂ ਗਰੰਟੀ ਦਿੱਤੀ ਹੈ, ਜਿੱਥੇ ਇਹ ਤੂੜੀ ਦਾ ਕੰਮ ਕਰੇਗੀ ਉੱਥੇ ਇਹ ਛੋਲਿਆਂ ਦੀ ਫੱਕ ਵੀ ਲਾ ਦੇਵੇਗੀ। ਤਾਂ ਕਹਿੰਦਾ ਕਿਉਂ ਨਾ ਇਸ ਤੰਗਲੀ ਨੂੰ ਚੈੱਕ ਕਰ ਲਿਆ ਜਾਵੇ। ਤੇ ਗੁਰੂ ਪਿਆਰਿਓ, ਉਸ ਦੇ ਸੂਰਵੀਰ ਯੋਧੇ ਜਿਹੜਾ ਗੱਤਕਾਂ ਦਾ ਜਾਣੂ ਸੀ, ਉਹਨੇ ਲਈ ਇਹ ਤੰਗਲੀ, ਲੈ ਕੇ ਤੰਗਲੀ ਬੁਲਵਾਲ ਦੇ ਅੱਡੇ ਵਿੱਚ ਜਿਵੇਂ 13 ਨਰਕ ਧਾਰੀਆਂ ਦਾ ਕਟਾਪਾ ਕੀਤਾ, ਉਸ ਸਮੇਂ ਦੇ ਸੀਨ ਨੂੰ ਕੜਿਆਣੇ ਵਾਲਾ ਢਾਡੀ ਜਤਾ ਹੇ ਇਹ ਹੋਇਆ।
ਵੱਜਦੀ ਤੇ ਤੋ ਜਲ ਡਿੱਗਦੇ ਪਏ ਤੋਬਾ ਤੋਬਾ ਕਰਦੇ ਮਜ਼ਬੂਤੀਆ ਬਾਬਾ ਜੀ ਵਿਖਾਈ ਤੰਗਲੀ ਬਾਬਾ ਜੀ ਵਿਖਾਈ ਤੰਗਲੀ ਬਾਬਾ ਜੀ ਵਿਖਾਈ ਤੰਗਲੀ ਬਾਬਾ ਜੀ ਵਿਖਾਈ ਤੰਗਲੀ ਹੋ ਮਰਦੀ ਮੌਤ ਤੋਂ ਮਸਤੀ ਆਸ਼ਿਆਂ ਨੂੰ ਜੱਗੋ ਵੱਖਰੇ ਰਾਹ ਦੀਵਾਨਿਆਂ ਦੇ ਮੋੜ ਤੋੜ ਦੇ ਗੇੜ ਵਿੱਚ ਨਹੀਂ ਰਹਿ ਸਕਦੇ ਥਰ ਨਹੀਂ ਸਕਦੇ ਬਾਗ ਪੈਮਾਨਿਆਂ ਦੇ ਚੜ ਗਏ ਇਸ਼ਕ ਦੀ ਪੱਟੀ ਤੇ ਆਪ ਜਿਹੜੇ ਮੁਹਤਾਜ ਨੇ ਰਹਿਣ ਮਹਿਖਾਨਿਆਂ ਦੇ ਸੂਰ ਉਹਨਾਂ ਨੂੰ ਵਾਂਗ ਸੁਰਾਹੀ ਦਿਸੇ ਤੇ ਖੰਜਰ ਦਿਸਦੇ ਵਾਂਗ ਪੈਮਾਨਿਆਂ ਦੇ ਗੁਰੂ ਪਿਆਰਿਓ ਉਸ ਸੂਰਵੀਰ ਯੋਧੇ ਨੇ ਤੰਗਲੀ ਦੇ ਨਾਲ ਉਹਨਾਂ 13 ਨਰਕ ਧਾਰੀਆਂ ਦੀ ਉਹ ਕੁੱਟ ਕੀਤੀ ਹੈ ਉਹ ਕਟਾਪਾ ਕੀਤਾ ਹੈ ਬੁੱਲੋਵਾਲ ਦੇ ਵੱਡੇ ਵਿੱਚ ਆਵਾਜ਼ਾਂ ਆ ਰਹੀਆਂ ਨੇ ਹਾਏ ਮਰ ਗਿਆ ਹਾਏ ਮਰ ਗਿਆ ਕਿਸੇ ਦਾ ਮੋਢਾ ਟੁੱਟਾ ਕਿਸੇ ਦਾ ਗੋਡਾ ਟੁੱਟਾ ਕਿਸੇ ਦੀ ਲੱਤ ਟੁੱਟੀ ਹੁਣ ਸੂਰਵੀਰ ਯੋਧੇ ਨੇ ਉਹ 13 ਨਰਕ ਧਾਰੀਆਂ ਦਾ ਕੀਤਾ ਹੈ ਕਟਾਪਾ ਹੁਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਮੈਂ ਇੱਥੇ ਇੱਕ ਬੇਨਤੀ ਕਰ ਦੇਵਾਂ ਕੁਝ ਕੁ ਸਮਾਂ ਪਹਿਲਾਂ ਸਾਡੇ ਨੌਜਵਾਨ ਅੰਦਰ ਆ ਕੇ ਬੈਠੇ ਨੇ ਵੈਸੇ ਤਾਂ ਮੈਂ ਉਹਨਾਂ ਦੇ ਪੱਖ ਦੀ ਗੱਲ ਕਰਨ ਲੱਗਾ ਸੀ ਨਾਲ ਦੇ ਨਾਲ ਉੱਠ ਕੇ ਚਲ ਗਏ ਖਰੇ ਮਨ ਦੇ ਵਿੱਚ ਵਿਚਾਰ ਆ ਗਿਆ ਕਿ ਇਹ ਖਰੇ ਮੇਰੀ ਸਾਡੀ ਕਲਾਸ ਲਾਉਣ ਲੱਗਾ ਨਹੀਂ ਪ੍ਰਭੂ ਕਿਉਂਕਿ ਇਹ ਜਿਹੜੇ ਧੰਨਵਾਦ ਮੈਂ ਆਪ ਜੀਆਂ ਦਾ ਦੋ ਤਰ੍ਹਾਂ ਨਾਲ ਬਣਦਾ ਹੈ ਕਿਉਂਕਿ ਕਿਸੇ ਟਾਈਮ ਮੈਂ ਅਕਾਲੀ ਦਲ ਚ ਰਹਿ ਕੇ ਬਲਾਕ ਸੰਮਤੀ ਲੜੀ ਸੀ ਤੇ ਉਸ ਸਮੇਂ ਇਹਨਾਂ ਨਗਰਾਂ ਨੇ ਮੇਰਾ ਬੜਾ ਸਾਥ ਦਿੱਤਾ ਸੀ ਪਡੋਰੀ ਦੀ ਫਗੂੜਿਆਂ ਦੀ ਸੰਗਤ ਨੇ ਮੇਰਾ ਬੜਾ ਵੱਡਾ ਸਾਥ ਦਿੱਤਾ ਸੀ ਤੇ ਧੰਨਵਾਦ ਉਦੋਂ ਵੀ ਸੀ
ਤੇ ਧੰਨਵਾਦ ਹੁਣ ਵੀ ਹੈ ਜੇ ਅੱਜ ਇਸ ਰੂਪ ਦੇ ਵਿੱਚ ਗੁਰੂ ਪਿਆਰੇ ਤੁਸੀਂ ਯਾਦ ਕੀਤਾ ਹੈ। ਸੱਚਿਓ ਇੰਨਾ ਚਾਅ ਚੜਿਆ ਕਿ ਮੈਂ ਆਪ ਜੀਆਂ ਨੂੰ ਦੱਸ ਨਹੀਂ ਸਕਦਾ ਕਿ ਜਦੋਂ ਤੁਸੀਂ ਮੈਨੂੰ ਯਾਦ ਕੀਤਾ ਕਿ ਬਾਬਾ ਲਾਭਦਾਸ ਜੀ ਦੇ ਅਸਥਾਨਾਂ ਤੇ ਇਸ ਟਾਈਮ ਇਸ ਸਮਾਗਮ ਵਿੱਚ ਆਪ ਜੀ ਦੇ ਜਥੇ ਨੇ ਹਾਜ਼ਰੀ ਭਰਨੀ ਹੈ। ਤੁਹਾਨੂੰ ਮੈਂ ਜੇ ਦੱਸਣਾ ਚਾਹਾਂ ਸੱਚੇ ਮੈਨੂੰ 3-4 ਦਿਨ ਤੋਂ ਨੀਂਦ ਨਹੀਂ ਆਈ। ਇਹ ਜਿਹੜਾ ਮਨ ਹੈ ਬਾਬਾ ਜੀ ਦੇ ਚਰਨਾਂ ਦੇ ਵਿੱਚ ਜੁੜਿਆ ਰਿਹਾ ਤੇ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਨਿਮਾਣੇ ਜਿਹੇ ਜਥੇ ਨੂੰ ਆਪਣੇ ਇਸ ਵੀਰ ਨੂੰ ਪੁੱਤ ਨੂੰ ਭਤੀਜੇ ਨੂੰ ਯਾਦ ਕੀਤਾ। ਇਹ ਬੜਾ ਖੁਸ਼ੀ ਵਾਲੀ ਗੱਲ ਹੁੰਦੀ ਹੈ। ਵੈਸੇ ਦੀਵੇ ਥੱਲੇ ਹਮੇਸ਼ਾ ਹਨੇਰਾ ਹੀ ਹੁੰਦਾ ਹੈ। ਆਪਾਂ ਦੂਰ ਦੁਰੇਡੇ ਤੋਂ ਜਥਿਆਂ ਨੂੰ ਯਾਦ ਕਰਦੇ ਹਾਂ, ਜਿਹੜਾ ਕੋਲ ਹੁੰਦਾ ਹੈ ਉਹਦੇ ਬਾਰੇ ਸਾਨੂੰ ਖਿਆਲ ਹੀ ਨਹੀਂ ਹੁੰਦਾ। ਇਸ ਕਰਕੇ ਸਾਰੇ ਹੀ ਨੌਜਵਾਨ ਵੀਰਾਂ ਦਾ ਤੇ ਸਮੁੱਚੇ ਨਗਰ ਦਾ ਪਡੋਰੀ ਫਗੂੜਿਆਂ ਦੀ ਸੰਗਤ ਦਾ ਧੰਨਵਾਦ ਹੈ ਕਿਉਂਕਿ ਆਪ ਤੇ ਮੈਂ ਬਿਨੈ ਕਰਦਾ ਵਾਂ ਆਪ ਜੀ ਇਸ਼ਾਰਾ ਮਾਰ ਦਿਓ ਨਹੀਂ ਤਾਂ ਢਾਡੀਆਂ ਦਾ ਕੋਈ ਸਮਾਂ ਤੈਅ ਨਹੀਂ ਹੁੰਦਾ। ਜੇ ਇਸ ਲਾਈਨ ਤੇ ਪੈ ਗਏ ਨਹੀਂ ਚੱਲੇ ਜਾਣਾ। ਤੁਸੀਂ ਆਪਣਾ ਸਮਾਂ ਦੇਖਿਓ ਤੁਹਾਡਾ ਜਦੋਂ ਲੰਗਰ ਪਾਣੀ ਦਾ ਪ੍ਰਬੰਧ ਹੋ ਗਿਆ ਉਧਰ ਟੂਰਨਾਮੈਂਟ ਆਵਾਜ਼ ਮਾਰਨ ਲੱਗ ਪਿਆ। ਤੁਸੀਂ ਬਿਨੈ ਕਰਦੇ ਹੋ ਸਾਡੇ ਕੋਲ ਭਿੰਡਰਾਂ ਜਥੇ ਤੋਂ ਸਿੰਘ ਆਏ ਹੋਏ ਨੇ ਉਹਨਾਂ ਨੂੰ ਜਿਉਂ ਆਇਆਂ ਤੇ ਧੰਨਵਾਦ ਹੈ ਕਿਉਂਕਿ ਪਰਸੋਂ ਰੋਜ਼ ਤੋਂ ਇਹਨਾਂ ਦੇ ਨਾਲ ਇਹਨਾਂ ਦੇ ਦਰਸ਼ਨ ਦੀਦਾਰੇ ਹੋ ਰਹੇ ਨੇ। ਬੜੇ ਸੱਚੇ ਢੰਗ ਦੇ ਨਾਲ ਇਹਨਾਂ ਨੇ ਗੁਰਬਾਣੀ ਗਾਇਨ ਕੀਤੀ ਹੈ, ਗੁਰੂ ਦੀ ਬਾਣੀ ਨੂੰ ਪੜ੍ਹਿਆ ਹੈ, ਸੰਗਤਾਂ ਨੂੰ ਸਰਵਣ ਕਰਵਾਇਆ ਹੈ। ਸਾਰੇ ਹੀ ਗ੍ਰੰਥੀ ਸਿੰਘ ਗੁਰੂ ਦੇ ਵਜ਼ੀਰ ਧੰਨਵਾਦੀ ਹੈ ਉਹਨਾਂ ਦਾ ਕਿਉਂਕਿ ਆਪ ਜੀ ਹੋਣ ਤਾਂ ਹੀ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜੇ ਹੋਏ ਹਾਂ। ਆਓ ਗੁਰੂ ਪਿਆਰੇ ਮਨ ਬਿਰਤੀਆਂ ਇਕਾਗਰ ਕਰਕੇ ਇੱਧਰ ਲੈ ਚਲੀਏ। ਆਓ ਗੁਰੂ ਪਿਆਰੇ ਉੱਧਰ 13 ਨਰਕ ਧਾਰੀਆਂ ਦੀ ਕੁੱਟ ਕੀਤੀ ਹੈ। ਬੁੱਲੋ ਆਲ ਤੋਂ ਲੈ ਕੇ ਹਸਪਤਾਲ ਦੇ ਵਿੱਚ ਵੀ ਗੁਰੂ ਪਿਆਰੇ ਆਵਾਜ਼ਾਂ ਆ ਰਹੀਆਂ, ਹਾਏ ਮਰ ਗਿਆ, ਹਾਏ ਮਰ ਗਿਆ। ਹੁਣ ਇਸ ਗੱਲ ਦੀ ਖਬਰ ਪਹੁੰਚੀ ਹੈ। ਉਸ ਸਮੇਂ ਬੁੱਲੋ ਆਲ ਥਾਣੇ ਦੇ ਵਿੱਚ ਡਿਊਟੀ ਸੀ ਜਗਦੀਸ਼ ਰਾਣੇ ਦੀ ਤੇ ਗੁਰੂ ਪਿਆਰੇ ਹੁਣ ਜਗਦੀਸ਼ ਰਾਣਾ ਖਬਰ ਲੈਣ ਪਹੁੰਚਿਆ ਹੈ ਕਿ ਅੱਜ ਬੁੱਲੋ ਆਲ ਦੇ ਅੱਡੇ ਦੇ ਵਿੱਚ ਕੱਲ ਘਟਨਾ ਹੋਈ ਹੈ। ਕਿਸੇ ਨੇ ਆ ਕੁਲਤਾਰੇ ਮਹੰਤ ਦੇ ਸੇਵਾਦਾਰ ਕੁੱਟੇ ਨੇ। ਹੁਣ ਜਦੋਂ ਬਿਆਨ ਲੈਣ ਪਹੁੰਚਿਆ ਨਾ ਹਸਪਤਾਲ ਦੇ ਵਿੱਚ, ਉਹਨੇ ਪੁੱਛਣਾ ਕੀਤਾ ਕਿ ਕਿੰਨੇ ਕੁ ਜਾਣੇ ਸੀ ਜਿਨ੍ਹਾਂ ਨੇ ਤੁਹਾਨੂੰ ਕੁੱਟਿਆ। ਉਹ ਕਹਿੰਦੇ ਬਸ ਇੱਕੋ ਹੀ ਸੀ। ਉਹ ਕਹਿੰਦਾ ਦੁਰ ਫਿੱਟੇ ਨੂੰ ਤੁਸੀਂ 13 ਜਾਣੇ, ਉਹ ਇੱਕ ਕੱਲਾ ਤੁਹਾਨੂੰ ਕੁੱਟ ਗਿਆ। ਪਹਿਲਾਂ ਤਾਂ ਤੁਸੀਂ ਸਿੰਘਾਂ ਨਾਲ ਲੈਂਦੇ ਹੋ ਪੰਗੇ, ਫਿਰ ਸਾਨੂੰ ਵਕਤ ਪਾਉਂਦੇ ਹੋ। ਤੇ ਗੁਰੂ ਪਿਆਰਿਓ ਸਮਾਂ ਬੀਤਿਆ ਹੈ, ਹੁਣ ਇੱਧਰ ਗੁਰੂ ਪਿਆਰਿਓ ਘੁੰਮਦੇ ਘੁਮਾਉਂਦਿਆਂ ਆਪਣੇ ਘਰ ਸੁਰਿੰਦਰ ਸਿੰਘ ਸੋਢੀ ਪਹੁੰਚ ਗਿਆ ਹੈ। ਇੱਧਰ ਤਾਈ ਚੌਂਕੇ ਦੇ ਵਿੱਚ ਬੈਠੀ ਪ੍ਰਸ਼ਾਦਾ ਤਿਆਰ ਕਰ ਰਹੀ ਹੈ। ਉਹਨੂੰ ਵੀ ਖਬਰ ਪਹੁੰਚੀ ਹੈ ਕਿ ਅੱਜ ਕਿਸੇ ਨੇ ਬੁੱਲੋਵਾਲ ਅੱਡੇ ਦੇ ਵਿੱਚ ਆ ਬਾਜਾ ਮਾਰੇ ਦਸ਼ਮੇਸ਼ ਪਿਤਾ ਦੇ ਕਿਸੇ ਸੂਰਵੀਰ ਯੋਧੇ ਦੇ, ਜਿਹੜੇ ਨਰਕ ਧਾਰੀ ਹੈ ਗੁਰੂ ਪਿਆਰਿਓ ਕਟਾਸ਼ ਕਰਦੇ ਸੀ ਬਾਣੀ ਤੇ ਬਾਣੇ ਦੇ ਮੰਦਾ ਬੋਲਦੇ ਸਨ, ਅੱਜ ਗੁਰੂ ਪਿਆਰਿਓ ਉਹਨਾਂ ਦਾ ਲਾਇਆ ਹੈ ਸੋਧਾ। ਹੁਣ ਤਾਈ ਕਿਉਂਕਿ ਮਾਵਾਂ ਦਾ ਦਿਲ ਹਮੇਸ਼ਾ ਮੋਮ ਹੁੰਦਾ ਹੈ, ਮਾਵਾਂ ਹਮੇਸ਼ਾ ਆਪਣੇ ਬੱਚਿਆਂ ਨੂੰ ਸਮਝਾਉਂਦੀਆਂ ਨੇ ਤੇ ਅੱਜ ਕਿਉਂਕਿ ਜਦੋਂ ਛੋਟੀ ਉਮਰ ਦੇ ਵਿੱਚ ਮਾਂ ਬਾਪ ਚੜ੍ਹਾਈ ਕਰ ਗਏ, ਤਾਈ ਤਾਏ ਨੇ ਪਾਲਿਆ ਹੈ, ਹੁਣ ਮਾਂ ਦਾ ਰੋਲ ਜਿਹੜੀ ਹੈ ਤਾਈ ਨਿਭਾ ਰਹੀ ਹੈ। ਤੇ ਗੁਰੂ ਪਿਆਰੇ ਹੁਣ ਤਾਈ ਜਿਵੇਂ ਆਪਣੇ ਇਸ ਲਾਲ ਨੂੰ ਸਮਝਾ ਰਹੀ ਹੈ ਦੋਨਾਂ ਦੇ ਵਿੱਚ ਵਾਰਤਾਪ ਹੋ ਰਹੇ ਨੇ। ਦਾਸ ਦੇ ਸਾਥੀ ਹੈ ਇਹੋ ਬਿਆਨ ਕਰਦੇ ਹੋ
ਸੁਮੇਸ਼ ਦਾ ਛਕਿਆ ਅੰਮ੍ਰਿਤ ਹੰਦੇ ਤਾਰ ਪਰਿਆ ਕਰ ਤੂੰ ਪਾਰੀ ਪੁੱਤਰਾ ਪੁੱਤਰ ਨੂੰ ਸਮਝਾਉਣਾ ਕਰਦੀ ਹੈ। ਗੁਰੂ ਪਿਆਰਿਓ ਵੈਸੇ ਤਾਂ ਪ੍ਰਬੰਧਕ ਵੱਲੋਂ ਬੇਨਤੀ ਹੋਈ ਸੀ ਕਿ 2 ਘੰਟੇ ਦਾ ਸਮਾਂ ਤੁਸੀਂ ਸੰਗਤਾਂ ਦੇ ਨਾਲ ਗੁਰੂ ਇਤਿਹਾਸ ਦੀ ਵਿਚਾਰ ਕਰਨੀ ਹੈ, ਪਰ ਗੁਰੂ ਪਿਆਰਿਓ ਮੈਂ ਸੰਗਤਾਂ ਬੈਠੀਆਂ ਨੇ ਜਿੱਥੇ ਮੈਂ ਕੁਝ ਕੁ ਜਦੋਂ ਆ ਕੇ ਲੜੀ ਦੇ ਵਿੱਚ ਕੁਝ ਨਾ ਕੁਝ ਵਾਰਤਾਲਾਪ ਹੋ ਜਾਵੇ, ਜਿਹੜੀ ਮਨ ਬਿਰਤੀ ਹੈ ਹੋਰ ਪਾਸੇ ਜੁੜ ਜਾਂਦੀ ਹੈ। ਮੈਂ ਗੁਰੂ ਦੇ ਵਜ਼ੀਰਾਂ ਤੋਂ ਵੀ ਖਿਮਾ ਚਾਹੁੰਦਾ ਹੈ ਕਿ ਜਿਹੜੀਆਂ ਕਮੀਆਂ ਇਸ ਵਾਰ ਰਹਿ ਗਈਆਂ, ਆਉਣ ਵਾਲੇ ਸਮੇਂ ਦੇ ਵਿੱਚ ਉਹ ਕਮੀਆਂ ਨੂੰ ਆਪਾਂ ਰਲ ਮਿਲ ਕੇ ਕਮੇਟੀ ਦੂਰ ਕਰਾਂਗੇ। ਤਾਂ ਪਰ ਗੁਰੂ ਪਿਆਰਿਓ ਇੱਥੇ ਵਰਦੀਆਂ ਗੋਲੀਆਂ ਦੇ ਵਿੱਚ ਵੀ ਸਮਾਂ ਕੱਢ ਕੇ ਸਾਡੇ ਸੂਰਵੀਰ ਯੋਧਿਆਂ ਨੂੰ ਖੜਨਾ ਪਿਆ। ਜੇ ਭਾਵੇਂ ਆਪਾਂ 2 ਘੰਟੇ ਦਾ ਸਫ਼ਰ ਤੈਅ ਕਰਕੇ ਗੁਰੂ ਪਿਆਰਿਓ ਆਪਣੇ ਗ੍ਰਹਿ ਵਿਖੇ ਪਹੁੰਚਣਾ ਹੈ, ਤੇ ਆਪਾਂ ਕੁਝ ਕੁ ਪਲ ਮੇਰਾ ਪਾਤਸ਼ਾਹ ਬਖਸ਼ਾਂਦਾ ਸੰਗਤਾਂ ਨੂੰ 21 ਬੇਸਬੇ ਮੰਨਿਆ ਮੇਰੇ ਪਾਤਸ਼ਾਹ ਨੇ, ਤੇ ਗੁਰੂ ਪਿਆਰਿਓ ਅੱਜ ਅਸੀਂ ਕਾਲੇ ਪੈ ਗਏ। ਤੇ ਜਿੱਥੇ ਵਿਚਾਰ ਸਾਡੇ ਗੁਰੂ ਦੇ ਵਜ਼ੀਰਾਂ ਨੇ ਆਰੰਭਤਾ ਵੇਲੇ ਕਰਨੀ ਸੀ ਕਿ ਤੁਸੀਂ ਫਰਜ਼ ਬਣਦਾ ਸੀ ਮਾਫ ਕਰਨਾ, ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ, ਉੱਥੇ ਥੋੜੀ ਜਿਹੀ ਸੇਧ ਸਾਨੂੰ ਗੁਰੂ ਦੇ ਵਜ਼ੀਰਾਂ ਨੇ ਵੀ ਦੇਣੀ ਹੈ, ਕਿਉਂਕਿ ਆਪਾਂ ਅਣਜਾਣ ਹੈ। ਜੇ ਸਾਨੂੰ ਗਿਆਨ ਦੇਣਾ ਹੈ ਗੁਰੂ ਦੇ ਵਜ਼ੀਰਾਂ ਨੇ ਦੇਣਾ ਹੈ। ਗੁਰੂ ਪਿਆਰਿਓ ਧਿਆਨ ਕਰਕੇ ਦੇਖੋ, ਪਹਿਲੇ ਸਮਿਆਂ ਦੇ ਰਾਜਾਂ ਨੂੰ ਤੱਕੀਏ, ਰਾਜ ਰਾਜੇ ਨਹੀਂ ਕਰਦੇ ਸਨ, ਰਾਜ ਵਜ਼ੀਰ ਕਰਿਆ ਕਰਦੇ ਸਨ, ਵਜ਼ੀਰ ਪਰਜਾ ਦੀਆਂ ਗਲਤੀਆਂ ਤੇ ਪਰਜਾ ਨੂੰ ਕੀ ਚਾਹੀਦਾ ਸੀ ਵਜ਼ੀਰ ਦੱਸਦੇ ਸਨ ਤੇ ਰਾਜੇ ਹੁਕਮ ਹੀ ਦਿੰਦੇ ਸਨ। ਤੇ ਮੇਰਾ ਪਾਤਸ਼ਾਹ ਦਾ ਹੁਕਮ ਹੈ ਵਜ਼ੀਰਾਂ ਨੇ ਸਾਡੀਆਂ ਗਲਤੀਆਂ ਦੱਸਣੀਆਂ ਹੈ, ਫਰਜ਼ ਸਾਡਾ ਇਹ ਬਣਦਾ ਸੀ ਗੁਰੂ ਦੇ ਵਜ਼ੀਰ ਪਹਿਲਾਂ ਪਹੁੰਚਦੇ, ਕਮੇਟੀ ਦੇ ਨਾਲ ਸਲਾਹ ਮਸ਼ਵਰਾ ਕਰਦੇ, ਇੱਕ ਦਿਨ ਪਹਿਲਾਂ ਮਹਾਰਾਜ ਦੇ ਸਰੂਪ ਲਿਆਂਦੇ ਜਾਂਦੇ,
ਤੇ ਜਿਹੜੀ ਆਰੰਭਤਾ ਹੈ ਅਖੰਡ ਜਾਪ ਦੀ ਟਾਈਮ ਨਾਲ ਕੀਤੀ ਜਾਂਦੀ ਤਾਂ ਜੋ ਸਮਾਪਤੀ ਜਿਹੜੇ ਸੰਪੂਰਨ ਭੋਗ ਟਾਈਮ ਨਾਲ ਪਾਏ ਜਾਂਦੇ ਤੇ ਉਸ ਤੋਂ ਉਪਰੰਤ ਕੀਰਤਨੀ ਜਥੇ ਤੇ ਢਾਡੀ ਜਥੇ ਨੂੰ ਆਪ ਜੀ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਜਿਹੜੇ ਮਹਾਰਾਜ ਦੇ ਸਰੂਪ ਹੈ ਉਹਨਾਂ ਨੂੰ ਆਪਣੇ ਨਿੱਜੀ ਅਸਥਾਨਾਂ ਤੇ ਪਜਾਇਆ ਜਾਂਦਾ ਤੇ ਇੱਕੋ ਸਰੂਪ ਰੱਖ ਕੇ ਦੀਵਾਨ ਹਾਲ ਜਿਹੜਾ ਸਜਾਇਆ ਜਾਂਦਾ ਤੇ ਜਦੋਂ ਆਪਾਂ ਹੀ ਲੇਟ ਆ ਤੇ ਫਿਰ ਆਪਾਂ ਕਿਵੇਂ ਸਮਝਾਵਾਂਗੇ ਸੰਗਤਾਂ ਨੂੰ ਤੇ ਗੁਰੂ ਪਿਆਰਿਓ ਕਮੇਟੀ ਬੈਠੀ ਹੈ ਗੁਰੂ ਦੇ ਵਜ਼ੀਰਾਂ ਨੂੰ ਹੁਕਮ ਹੈ ਮਾਫ਼ ਕਰਨਾ ਹੁਕਮ ਨਹੀਂ ਦੇ ਸਕਦੇ ਬੇਨਤੀ ਹੈ ਕਿਉਂਕਿ ਜਵਾਨ ਹੈ ਕਈ ਵਾਰ ਫਿਸਲ ਜਾਂਦੀ ਹੈ ਬੇਨਤੀ ਹੈ ਜੇ ਕੋਈ ਵਿਚਾਰ ਕਰਨੀ ਹੈ ਪ੍ਰਬੰਧਕ ਕਮੇਟੀ ਬੈਠੀ ਹੈ ਤੇ ਮਾਫ਼ੀ ਚਾਹੁੰਦੇ ਅਗਲੇ ਸਾਲ ਇਹਨਾਂ ਚੀਜ਼ਾਂ ਨੂੰ ਆਪਾਂ ਵਿਚਾਰਾਂਗੇ ਤੇ ਇਸ ਕਰਕੇ ਬਸ ਮੈਂ ਹੁਣ ਦੋ ਹੀ ਕਵਿਤਾ ਬੋਲ ਕੇ ਖਿਮਾ ਦੇ ਜਾਜਕ ਹੋ ਜਾਣਾ ਕਿਉਂਕਿ ਗੁਰੂ ਦੇ ਵਜ਼ੀਰਾਂ ਤੋਂ ਵੀ ਉੱਪਰ ਕੋਈ ਨਹੀਂ ਪਰ ਕਾਲੇ ਨਾ ਪਾਓ ਕੋਈ ਗੱਲ ਨਹੀਂ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਤੇ ਗੁਰੂ ਤੋਂ ਵੱਡਾ ਕੋਈ ਨਹੀਂ ਤੇ ਇਸ ਕਰਕੇ ਗੁਰੂ ਪਾਤਸ਼ਾਹ ਬਖਸ਼ਾਂਦ ਨੇ ਗਲਤੀਆਂ ਬਖਸ਼ ਦਿੰਦੇ ਨੇ ਤੇ ਗੁਰੂ ਪਾਤਸ਼ਾਹ ਨੇ ਤੇ ਸੰਗਤ ਨੂੰ ਇੱਕੀ ਬਿਸਵੇ ਮੰਨਿਆ ਤੇ ਮੈਂ ਵੀ ਮਾਫ਼ੀ ਚਾਹੁੰਦਾ ਸੰਗਤ ਜਰਾ ਇੱਕ ਚਿਹਰੇ ਐ ਨੂੰ ਕਰ ਲਓ ਪਰ ਆਨੰਦ ਨਹੀਂ ਆਉਂਦਾ ਜਿੰਨਾ ਚਿਰ ਅੱਖਾਂ ਦੇ ਨਾਲ ਅੱਖਾਂ ਦੀ ਸੰਗਤ ਨਾਲ ਮਿਲਦੀ ਹੈ ਬਸ ਦੋ ਕਵਿਤਾ ਬੋਲ ਕੇ ਆਪਾਂ ਖਿਮਾ ਦੇ ਜਾਚਕ ਹੋ ਜਾਣਾ ਹੈ ਅੱਗੇ ਜਿਵੇਂ ਪ੍ਰਬੰਧਕਾਂ ਦੀ ਬੇਨਤੀ ਹੋਈ ਜਿਵੇਂ ਅਗਲਾ ਪ੍ਰੋਗਰਾਮ ਆਪ ਜੀਆਂ ਦੇ ਨਾਲ ਪ੍ਰਬੰਧਕ ਸਾਂਝਾ ਕਰਨਗੇ ਆਓ ਗੁਰੂ ਪਿਆਰਿਓ ਮਾਂ ਨੇ ਆਪਣੇ ਪੁੱਤ ਨੂੰ ਸਮਝਾਉਣਾ ਕੀਤਾ ਹੈ ਤੇ ਗੁਰੂ ਪਿਆਰਿਓ ਮੈਂ ਇਤਿਹਾਸ ਨੂੰ ਸ਼ਾਰਟ ਕਰਕੇ ਆਪ ਜੀਆਂ ਦੇ ਨਾਲ ਕਵਿਤਾ ਸਾਂਝੀ ਕਰਨੀ ਹੈ ਤੇ ਮੈਂ ਅੱਜ ਕੀ ਸੰਨ 2024 ਦਾ ਜਿਹੜਾ ਇਤਿਹਾਸ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਉਹਦੀ ਕਵਿਤਾ ਵੀ ਆਪ ਜੀਆਂ ਦੇ ਨਾਲ ਇੱਕ ਸਾਂਝੀ ਕਰਕੇ ਫਤਿਹ ਦੇ ਜਾ ਮੰਗ ਲੈਣੀ ਗੁਰੂ ਪਿਆਰਿਓ ਫਤਿਹ ਬੁਲਾ ਜਾਣੀ ਹੈ ਆਓ ਇੱਧਰ ਜਦੋਂ ਮਾਂ ਨੇ ਸਮਝਾਉਣਾ ਕੀਤਾ ਹੈ ਗੁਰੂ ਪਿਆਰਿਓ ਅੱਜ ਕਿਉਂਕਿ ਵਿਧੀ ਚੰਦ ਵਾਂਗੂ ਭੇਸ ਬਦਲਣ ਲਈ ਬੜਾ ਮਾਹਰ ਸੀ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਅੱਜ ਪੈਂਟ ਕਮੀਜ਼ ਪਾਈ ਹੋਈ ਹੈ ਬੁੱਲੋਵਾਲ ਦੇ ਅੱਡੇ ਦੇ ਵਿੱਚ ਖੜਾ ਹੈ ਹੁਣ ਕੁਲਤਾਰਾ ਮਹੰਤ ਦੇ ਉਹ ਜੋ ਕੁਝ ਸਾਥੀ ਉੱਥੇ ਖੜੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਖੜਕੀ ਵਿੱਚ ਸਾਨੂੰ ਲੱਗਦਾ ਇਹ ਉਹ ਸਿੰਘ ਆ ਜਿਹਨੇ ਸਾਡੇ 13 ਜਿਹੜੇ ਸਾਡੇ ਸਾਥੀ ਨੇ ਉਹਨਾਂ ਦਾ ਕਟਾਪਾ ਚਾੜਿਆ ਤੇ ਗੁਰੂ ਪਿਆਰਿਓ ਪਛਾਣਿਆ ਤੇ ਥਾਣੇ ਦੇ ਵਿੱਚ ਗਏ ਜਗਦੀਸ਼ ਰਾਣੇ ਨੂੰ ਦੱਸਿਆ ਵੀ ਜੇਸ ਸਿੰਘ ਨੇ ਸਾਡੇ 13 ਸਾਥੀਆਂ ਨੂੰ ਕਟਾਪਾ ਚਾੜਿਆ ਉਹ ਬੁੱਲੋਵਾਲ ਅੱਡੇ 'ਚ ਖੜਾ ਹੈ ਹੁਣ ਮੋਟਰਸਾਈਕਲ ਤੇ ਸਵਾਰ ਹੋਇਆ ਜਗਦੀਸ਼ ਰਾਣਾ ਉੱਥੇ ਪਹੁੰਚਿਆ ਜਿੱਥੇ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਖੜਾ ਹੈ ਤੇ ਗੁਰੂ ਪਿਆਰਿਓ ਹੁਣ ਜਗਦੀਸ਼ ਰਾਣੇ ਨੇ ਸੁਰਿੰਦਰ ਸਿੰਘ ਸੋਢੀ ਨੂੰ ਫੜ ਲਿਆ ਤੇ ਥਾਣੇ ਲੈ ਕੇ ਜਾਣ ਲੱਗਾ ਹੈ ਉੱਧਰ ਗੁਰੂ ਪਿਆਰਿਓ ਇੱਕ ਸਿੰਘ ਸਾਹਮਣੇ ਬੁਲਟ ਮੋਟਰਸਾਈਕਲ ਤੇ ਖੜਾ ਜਦੋਂ ਉਹਨੇ ਦੇਖਿਆ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਉਹ ਬੁਲਟ ਮੋਟਰਸਾਈਕਲ ਤੇ ਹੋਇਆ ਗੁਰੂ ਪਿਆਰਿਓ ਸਵਾਰ ਹੋ ਕੇ ਸਵਾਰ ਮਹਿਤੇ ਚੌਂਕ ਵਿੱਚ ਪਹੁੰਚਿਆ ਜਾ ਕੇ ਸੰਤਾਂ ਨੂੰ ਦੱਸਣ ਲੱਗਾ ਤੇ ਗੁਰੂ ਪਿਆਰਿਓ ਇੱਧਰ ਬੁੱਲੋਵਾਲ ਥਾਣੇ ਦੇ ਵਿੱਚ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਨੂੰ ਲਿਆਂਦਾ ਗਿਆ ਲਿਆ ਕੇ ਗੁਰੂ ਪਿਆਰਿਓ ਇੱਧਰ ਕਲਤਾਰਾ ਮਹੰਤ ਨਾਲ ਲਏ ਨੇ 25 ਆਪਣੇ ਸਾਥੀ ਪਹੁੰਚਾਏ ਤੇ ਹੁਣ ਜਗਦੀਸ਼ ਰਾਣੇ ਨੇ ਸੋਚਿਆ ਇਹ ਇਲਾਕੇ ਦਾ ਮਹੰਤ ਹੈ ਉਹਨਾਂ ਲਈ ਚਾਹ ਪਾਣੀ ਮੰਗਾਇਆ ਤੇ ਗੁਰੂ ਪਿਆਰਿਓ ਜਦੋਂ ਚਾਹ ਪਾਣੀ ਮੰਗਾਇਆ ਹੈ ਨਾ ਇੱਧਰ ਪੁੱਛਣਾ ਕੀਤਾ ਕਿ ਇਸ ਸਿੰਘ ਬਾਰੇ ਦੱਸਿਆ ਜਾਵੇ ਇਹ ਕੌਣ ਹੈ ਤੇ ਹੁਣ ਕਲਤਾਰਾ ਮਹੰਤ ਫਿਰ ਅਵਾ ਤਵਾ ਬੋਲਣ ਲੱਗਾ
ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਸੋਢੀ ਕਹਿੰਦਾ ਥਾਣੇਦਾਰਾ ਇਹਨੂੰ ਚੁੱਪ ਕਰਾ ਲੈ, ਨਹੀਂ ਤਾਂ ਅੱਜ ਥਾਣੇ ਦੇ ਵਿੱਚ ਕੁਝ ਹੋਰ ਹੀ ਭਾਣਾ ਵਰਤ ਜਾਵੇਗਾ। ਹੁਣ ਰਾਣੇ ਨੇ ਸੋਚਿਆ ਲੱਗਦਾ ਵਾਕਈ ਅੱਤਵਾਦੀ ਖਤਰਨਾਕ ਹੈ। ਉਹਨੇ ਇਹਨੂੰ ਕਿਹਾ ਓਏ ਪ੍ਰੇਮ ਚੰਦਾ ਇਹਨੂੰ ਉੱਪਰ ਚਵਾਰੇ ਦੇ ਵਿੱਚ ਬਿਠਾ ਦੇ। ਉਹਨੂੰ ਚਵਾਰੇ ਦੇ ਵਿੱਚ ਬਿਠਾ ਦਿੱਤਾ ਤੇ ਗੁਰੂ ਪਿਆਰੇ ਇੱਧਰ ਚਾਹ ਆਈ ਹੈ ਕਰਤਾਰੇ ਮਾਨਸ ਵਾਸਤੇ, ਉਹਨਾਂ ਨੇ ਕੱਪ ਫੜੇ ਨੇ ਚਾਹ ਦੇ। ਇੱਧਰੋਂ ਗੁਰੂ ਪਿਆਰੇ ਉਹ ਥਾਣੇ ਦਾ ਫੋਨ ਖੜ ਕੇ ਆਏ। ਜਦੋਂ ਗੁਰੂ ਪਿਆਰੇ ਉਹ ਫੋਨ ਖੜ ਕੇ ਆਏ, ਇੱਧਰੋਂ ਚੱਕਿਆ ਥਾਣੇਦਾਰ ਰਾਣੇ ਨੇ ਫੋਨ, ਕਹਿੰਦਾ ਹੈਲੋ ਜੀ ਥਾਣਾ ਬੁਲੋਹਾਲ ਤੋਂ ਬੋਲਦਾ। ਤੇ ਉਧਰੋਂ ਕਹਿੰਦੇ ਮੈਤੇ ਤੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਗੱਲ ਕਰਦੇ ਆ। ਜਦੋਂ ਇਹ ਗੱਲ ਸੁਣੀ ਕਹਿੰਦਾ ਮਹਾਂਪੁਰਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਗੁਰੂ ਪਿਆਰੇ ਜਦੋਂ ਫਤਿਹ ਦਾ ਜਵਾਬ ਸੁਣਿਆ ਨਾ, ਕਲਤਾਰੇ ਮਹੰਤ ਦਾ ਰੰਗ ਉੜ ਗਿਆ, ਰੰਗ ਪੀਲਾ ਪੈ ਗਿਆ। ਗੁਰੂ ਪਿਆਰਿਓ ਜਦੋਂ ਰੰਗ ਪੀਲਾ ਪੈ ਗਿਆ, ਹੁਣ ਇੱਧਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿਵੇਂ ਫੋਨ ਦੇ ਉੱਤੇ ਜਗਦੀਸ਼ ਰਾਣੇ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਨੇ, ਉਸ ਸਮੇਂ ਦੇ ਸੀਨ ਨੂੰ ਕੜਿਆਣੇ ਵਾਲਾ ਢਾਡੀ ਜਤਾ ਹੈ। ਸੋਢੀ ਕਿਆ ਫੜਿਆ ਰੋਬਣ ਉਸ ਵੇਲੇ ਸੰਤਾਂ ਨੂੰ ਸੀ ਚੜਿਆ। ਦੱਸਿਆ ਜਾ ਸਿੰਘਾ ਜਾ ਕੇ ਸੋਢੀ ਕਿਆ ਫੜਿਆ ਰੋਬਣ ਉਸ ਵੇਲੇ ਸੰਤਾਂ ਨੂੰ ਚੜਿਆ। ਲੈ ਕੇ ਨੰਬਰ ਲੈ ਕੇ ਨੰਬਰ ਤੇ ਨੰਬਰ ਮਿਲਾਇਆ ਫੜਿਆ ਕੋ ਸੋਢੀ ਮੇਰੇ ਨੂੰ ਫੜ ਭਿੰਡਰਾ ਫੜ ਭਿੰਡਰਾ ਵਾਲੇ ਦਾ ਤਾਰੇ ਆਇਆ ਫੜਿਆ। ਸੋਢੀ ਤਾਈ ਫੜ
ਫੜ ਕੇ ਛੱਡ ਦੇਵੋ ਆ ਜਾਣਾ ਨਹੀਂ ਸਿੰਘਾਂ ਚੜ ਕੇ ਚੰਗਾ ਨਹੀਂ ਉਹ ਕੀਤਾ ਤੁਸੀਂ ਸੋਟੀ ਤਾਈ ਫੜ ਕੇ ਛੱਡ ਦੇਵੋ ਆ ਜਾਣਾ ਨਹੀਂ ਉਹ ਸਿੰਘਾਂ ਚੜ ਕੇ ਹੱਥ ਸ਼ੇਰ ਦੇ ਹੱਥ ਸ਼ੇਰ ਦੇ ਮੁੱਛ ਤਾਈ ਪਾਇਆ ਅੜੇ ਅਗੋ ਸੋਟੀ ਮੇਰੇ ਨੂੰ ਹੋਰ ਭਿੰਡਰਾ ਵਾਲੇ ਦਾ ਥੜੇ ਪੰਜਾਬੀ ਚ ਸੁਣਾਇਆ ਅੜਿਆ ਤੋਂ ਸੋਢੀ ਮੇਰੇ ਨੂੰ ਹੋਰ ਭਿੰਡਰਾ ਹੋਰ ਭਿੰਡਰਾ ਵਾਲੇ ਦਾ ਥਾਰੇ ਆਇਆ ਫੜਿਆ ਗਿਆ ਸੋਢੀ ਮੇਰੇ ਨੂੰ ਕਰੂਗਾ ਪਾਇਆ ਜੀ ਨੇ ਬੈਰ ਓ ਕੁੱਤੇ ਦੀ ਮੌਤ ਮਰੂਗਾ ਛੱਡ ਦੇਵੋ ਇਹਨੂੰ ਰੱਬ ਭਲਾ ਥੋਟਾ ਕਰੂਗਾ ਪਾਇਆ ਜੀ ਨੇ ਬੈਰ ਓ ਕੁੱਤੇ ਦੀ ਮੌਤ ਮਰੂਗਾ ਅਸੀਂ ਕਿਸੇ ਨੂੰ ਵੀ ਚੌਂਦੇ ਨਾ ਸਤਾਇਆ ਅੜਿਆ ਤੋਂ ਸੋਢੀ ਮੇਰੇ ਨੂੰ ਹੋਰ ਭਿੰਡਰਾ ਵਾਲੇ ਦਾ ਥਾਰੇ ਆਇਆ ਫੜਿਆ ਤੋਂ ਸੋਢੀ ਮੇਰੇ ਨੂੰ ਭਿੰਡਰਾਂ ਵਾਲੇ ਕਹਿੰਦੇ ਨੇ ਥਾਣੇਦਾਰਾ ਤੇਰੇ ਥਾਣੇ ਦੇ ਵਿੱਚ ਸਾਡਾ ਹਰੀ ਸਿੰਘ ਨਲੂਆ ਕੈਦ ਹੈ। ਜਦੋਂ ਇਹ ਗੱਲ ਸੁਣੀ ਹੈ ਸੱਤ ਭਜਨ ਸੰਤ ਮਹਾਪੁਰਸ਼ ਹੁਣੇ ਹੀ
ਭੇਦ ਆ। ਜਦੋਂ ਇਹ ਗੱਲ ਸੁਣੀ ਕਲਤਾਰੇ ਮਹੰਤ ਨੇ, ਗੁਰੂ ਪਿਆਰੇ ਰੰਗ ਉੜ ਗਏ ਨੇ। ਹੁਣ ਕਿਹਾ ਚੁਬਾਰੇ ਦੇ ਵਿੱਚ ਥਾਣੇਦਾਰ ਇੱਧਰ ਬਾਣੀ ਪੜ ਰਿਹਾ ਗੁਰੂ ਦਾ ਸਿੰਘ, ਉਹ ਕਹਿੰਦਾ ਸੋਢੀ ਸਾਹਿਬ ਤੁਸੀਂ ਇੱਥੇ ਬੈਠੇ ਹੋ ਜੇ, ਤੁਸੀਂ ਗਏ ਨੀ। ਕਹਿੰਦਾ ਤੁਸੀਂ ਕਿਹਾ ਸੀ ਚੁਬਾਰੇ ਦੇ ਵਿੱਚ ਬੈਠ ਜਾਣਾ, ਤੇ ਕਹਿੰਦਾ ਲਾਗਲੇ ਪਾਸੇ ਰੇਤਾ ਦੀ ਟਰਾਲੀ ਢੇਰੀ ਕੀਤੀ ਹੋਈ ਹੈ, ਸੰਤਾਂ ਦਾ ਹੁਕਮ ਆਇਆ ਇੱਧਰ ਦੀ ਛਾਲ ਮਾਰ ਕੇ ਮਹਿਤਾ ਚੌਂਕ ਪਹੁੰਚੋ, ਤੁਹਾਨੂੰ ਸੰਤ ਯਾਦ ਕਰਦੇ ਨੇ। ਤੇ ਗੁਰੂ ਪਿਆਰਿਓ ਇੱਧਰ ਇਹ ਗੱਲ ਕਹੀ, ਇੱਧਰ ਭਾਈ ਸਾਹਿਬ ਨੇ ਛਾਲ ਮਾਰੀ ਹੈ ਰੇਤਾ ਦੀ ਟਰਾਲੀ ਤੇ, ਤੇ ਗੁਰੂ ਪਿਆਰਿਓ ਮਹਿਤਾ ਚੌਂਕ ਵੱਲ ਚਾਲੇ ਪਾ ਦਿੱਤੇ। ਤੇ ਗੁਰੂ ਪਿਆਰਿਓ ਇੱਧਰ ਆਣ ਕੇ ਥਾਣੇਦਾਰ ਕਹਿਣ ਲੱਗਾ, ਉਹ ਪ੍ਰੇਮ ਚੰਦਾ ਉਹ ਸਿੰਘ ਨੂੰ ਬੰਨ ਕੇ ਨਹੀਂ ਰੱਖਿਆ ਸੀ, ਕੜੀਆਂ ਨਹੀਂ ਲਾਈਆਂ, ਉਹ ਭੱਜ ਗਿਆ। ਜਦੋਂ ਇਹ ਗੱਲ ਸੁਣੀ ਕਲਤਾਰੇ ਮਹੰਤ ਦੇ ਹੱਥ ਵਿੱਚੋਂ ਚਾਹ ਦਾ ਕੱਪ ਡਿੱਗ ਪਿਆ। ਗੁਰੂ ਪਿਆਰਿਓ ਇਸ ਤਰ੍ਹਾਂ ਇੱਕ ਫੂਨ ਨੇ ਮੋਰਚਾ ਫਤਿਹ ਕੀਤਾ। ਆਓ ਗੁਰੂ ਪਿਆਰਿਓ ਆਖਰ ਦੇ ਵਿੱਚ ਦਿੱਤਾ ਸਮਾਂ ਸਮਾਪਤ ਹੈ। ਪ੍ਰਬੰਧਕਾਂ ਦੀ ਇੱਕ ਬਿਨੇ ਸੀ ਕਿ ਸੰਨ 2024 ਦੇ ਇਤਿਹਾਸ ਦੀ ਗੱਲ ਕਰਕੇ ਜਾਣੀ, ਉਹ ਮੈਂ ਗੱਲ ਕਰਨੀ ਹੈ ਜਿੱਥੇ ਅਸੀਂ ਦਸੰਬਰ ਦੇ ਮਹੀਨੇ ਨੂੰ ਆਪਾਂ ਸ਼ਹੀਦੀ ਦਿਹਾੜਿਆਂ ਦੇ ਤੌਰ ਤੇ ਮਨਾਉਂਦੇ ਹਾਂ, ਤੇ ਜੇ ਜੂਨ ਦੇ ਮਹੀਨੇ ਨੂੰ ਤੱਕੀਏ ਇਹ ਵੀ ਸ਼ਹੀਦੀਆਂ ਦੇ ਦਿਹਾੜੇ ਨੇ। ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਗੁਰਪੁਰਬ ਇਸ ਮਹੀਨੇ ਦੇ ਵਿੱਚ ਆਉਂਦਾ ਹੈ। ਜਦੋਂ ਇਸ ਗੁਰਪੁਰਬ ਨੂੰ ਮਨਾਉਣ ਵਾਸਤੇ ਦਰਬਾਰ ਸਾਹਿਬ ਦੀ ਧਰਤੀ ਤੇ ਸੰਗਤਾਂ ਇਕੱਤਰਤ ਹੋਈਆਂ, ਗੁਰੂ ਪਿਆਰਿਓ ਉੱਥੇ ਕੱਲੂ ਘਾਰਾ ਹੋਇਆ, ਦਰਬਾਰ ਸਾਹਿਬ ਤੇ ਮੌਕੇ ਦੀ ਹਕੂਮਤ ਨੇ ਅਟੈਕ ਕੀਤਾ ਤੇ ਸਾਡੇ ਨੇਕਾ ਜਿਹੜੇ ਸੈਂਕੜੇ ਸਿੰਘ ਸ਼ਹੀਦ ਹੋਏ ਨੇ। ਤੇ ਗੁਰੂ ਪਿਆਰਿਓ ਇਹ 6 ਜੂਨ 2024 ਦੀ ਗੁਰੂ ਪਿਆਰਿਓ ਗੱਲ ਹੈ। ਜਿਹਨੂੰ ਅਕਲ ਨਾ ਮੌਤ ਉਹਦਾ ਨਾਂ ਕੰਗਣਾ ਰਣੌਤ। ਆ ਹਿਮਾਚਲ ਤੋਂ ਚੁਣੀ ਗਈ MP ਕੰਗਣਾ ਰਣੌਤ ਗੁਰੂ ਪਿਆਰਿਓ ਅੱਜ ਪਹੁੰਚੀ ਚੰਡੀਗੜ੍ਹ ਦੇ ਏਅਰਪੋਰਟ ਦੇ ਉੱਤੇ, ਤੇ ਭਾਵੇਂ ਗੁਰੂ ਪਿਆਰਿਓ ਸਾਡੀ ਭੈਣ ਕੁਲਵਿੰਦਰ ਕੌਰ ਨੂੰ ਕਿਸੇ ਤਰ੍ਹਾਂ ਵੀ ਪੇਸ਼ ਕੀਤਾ ਜਾਵੇ, ਜਦੋਂ ਕੁਲਵਿੰਦਰ ਕੌਰ ਦੇ ਲੱਗੀ ਨੰਬਰ ਨਾਮ ਪਲੇਟ ਪੜ੍ਹੀ ਨਾ, ਕੁਲਵਿੰਦਰ ਕੌਰ ਲਿਖਿਆ ਪੜਿਆ, ਉਹਨੂੰ ਅੱਤਵਾਦੀ ਕਹਿ ਕੇ ਇਸ ਕੰਗਣਾ ਰਣੌਤ ਨੇ ਗੁਰੂ ਪਿਆਰਿਓ ਉਹਦੇ ਉੱਤੇ ਕਟਾਸ਼ ਕੀਤਾ ਹੈ। ਜਦੋਂ ਗੁਰੂ ਪਿਆਰਿਓ ਕੀਤਾ ਕੰਗਣਾ ਰਣੌਤ ਨੇ ਕਟਾਸ਼, ਇੱਧਰ ਫਿਰ ਗੁਰੂ ਪਿਆਰਿਓ ਆ ਗੁਰੂ ਦੇ ਲਾਡਲੇ ਪਹਿਲੇ ਤਖਤਾਂ ਤਾਜਾਂ ਨੂੰ ਠੋਕਰਾਂ ਮਾਰਦੇ ਆਏ ਨੇ, ਆਪਣੀ ਨੌਕਰੀ ਨੂੰ ਠੋਕਰ ਮਾਰਦਿਆਂ ਹੋਇਆ ਉਹ ਪੰਜਾਬ ਦੀ ਧੀ ਰਾਣੀ ਕੁਲਵਿੰਦਰ ਕੌਰ ਨੇ ਜਿਵੇਂ ਪੰਜਾਬ ਦਾ ਨਕਸ਼ਾ ਕੰਗਣਾ ਰਣੌਤ ਦੇ ਗਲ ਤੇ ਵਾਇਆ, ਉਸ ਸਮੇਂ ਦੇ ਸੀਨ ਨੂੰ ਕੜਿਆਣੇ ਵਾਲਾ ਢਾਡੀ ਜਤਾ ਹੈ ਇਹੋ ਮੈਂ।
ਕਰਨੇ ਮੂੰਹ ਦੂਜੇ ਪਾਸੇ ਲਾਤਾ ਕੰਗਣਾ ਦਾ ਥੱਪੜ ਨੇ ਮੂੰਹ ਦੂਜੇ ਪਾਸੇ ਲਾਤਾ ਕੰਗਣਾ ਦਾ ਥੱਪੜ ਨੇ ਮੂੰਹ ਦੂਜੇ ਪਾਸੇ ਲਾਤਾ ਕੰਗਣਾ ਦਾ ਥੱਪੜ ਨੇ ਮੂੰਹ ਦੂਜੇ ਪਾਸੇ ਲਾਤਾ ਕੰਗਣਾ ਕੁਲਵਿੰਦਰ ਕੌਰ ਪੁਰਾਣਾ ਵਰਕਾ ਬੋਲਿਆ ਸੀ ਅੱਜ ਕੁਲਵਿੰਦਰ ਕੌਰ ਪੁਰਾਣਾ ਵਰਕਾ ਬੋਲਿਆ ਸੀ ਕੀਤੀਆਂ ਜੋ ਕਰ ਤੂੰ ਤਾਂ ਗਰਜ ਚੁਕਾ ਦਾ ਕੰਗਣਾ ਦਾ ਕੀਤੀਆਂ ਜੋ ਕਰ ਤੂੰ ਤਾਂ ਗਰਜ ਚੁਕਾ ਦਾ ਕੰਗਣਾ ਦਾ ਥੱਪੜ ਨੇ ਮੂੰਹ ਦੂਜੇ ਪਾਸੇ ਲਾਤਾ ਕੰਗਣਾ ਦਾ ਥੱਪੜ ਨੇ ਚੁੱਲ ਗਈ ਹਨੇਰੀ ਜੋ ਚਾਰੇ ਪਾਸੇ ਚੁੱਪ ਵਰਤੀ ਚੁੱਲ ਗਈ ਹਨੇਰੀ ਜੋ ਏਅਰਪੋਰਟ ਦਾ ਏਅਰਪੋਰਟ ਦਾ
ਹੱਥ ਪਾ ਸਕਦਾ ਏ, ਜਿਹੜਾ ਸਾਡੀ ਅਣਖ ਨੂੰ ਆ ਕੇ ਹੱਥ ਪਾ ਸਕਦਾ ਏ। ਕੁੱਲ ਦੁਨੀਆ ਨੂੰ ਪਤਾ ਕੋਈ ਪੰਜਾਬੀ ਵਸਦਾ ਏ, ਕੁੱਲ ਦੁਨੀਆ ਨੂੰ ਪਤਾ ਕੋਈ ਪੰਜਾਬ ਵਸਦਾ ਏ। ਅਸੀਂ ਜੋ ਨਿਉਂਦਾ ਮੋੜ ਦਿਖਾਦਾ ਕੰਗਣਾ ਦਾ, ਪੜਨੇ ਮੂੰਹ ਦੂਜੇ ਪਾਸੇ ਲਾਦਾ ਕੰਗਣਾ ਦਾ। ਗੁਲਾਮੀ ਦੇ ਜੱਗ ਤੋਂ ਨਹੀਂ ਆਵਾਜ਼ ਕੁਰਬਾਨੀਆਂ ਧੋਏ ਜਾਂਦੇ। ਅੱਜ ਸਾਡੀ ਭੈਣ ਨੇ ਨੌਕਰੀ ਨੂੰ ਲੱਤ ਮਾਰਦਿਆਂ ਹੋਇਆ ਪੰਜਾਬ ਦਾ ਨਕਸ਼ਾ ਕੰਗਣਾ ਰਣੌਤ ਦੇ ਮੂੰਹ ਤੇ ਵਾ ਦਿੱਤਾ। ਗੁਰੂ ਪਿਆਰੇ, ਸਮਾਂ ਆਜ਼ਾਦ ਨਹੀਂ ਦਿੰਦਾ। ਮਨ ਦੇ ਵਿੱਚ ਬੜੇ ਬੁਲਬਲੇ ਨੇ ਕਿ ਆਪਣੇ ਘਰ ਦੀਆਂ ਸੰਗਤਾਂ ਨੇ ਇਹਨਾਂ ਦੇ ਨਾਲ ਸਾਂਝੇ ਕਰ ਦੇਵਾਂ, ਪਰ ਗੁਰੂ ਪਿਆਰੇ ਸਿਰ ਪਾਉ ਦੀ ਬਖਸ਼ਿਸ਼ ਕਰਨੀ ਹੈ ਜਿਨ੍ਹਾਂ ਨੇ ਅਖੰਡ ਜਾਪ ਕਰਾਏ ਨੇ, ਇਸ ਲਈ ਸਮਾਂ ਆਜ਼ਾਦ ਨਹੀਂ ਦਿੰਦਾ। ਫਿਰ ਕਿਤੇ ਸਮਾਂ ਬਣਿਆ ਆਪਣੇ ਦਿਲ ਦੀਆਂ ਗੱਲਾਂ ਆਪ ਸੰਗਤਾਂ ਦੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਮੈਂ ਆਸ ਕਰਦਾ ਕਿ ਤੁਸੀਂ ਆਸ ਪੁੱਤ ਬੱਚੇ ਆਪਣੇ ਭਰਾ ਨੂੰ ਅੱਗੇ ਤੋਂ ਵੀ ਯਾਦ ਕਰੋਗੇ, ਕਿਉਂਕਿ ਇਹ ਜਿਹੜਾ ਰੰਗ ਹੈ ਤੁਸੀਂ ਅੱਜ ਦੇਖਿਆ, ਕਦੇ ਪੋਲੀਟੀਕਲ ਤੌਰ ਤੇ ਤੁਸੀਂ ਬੁਲਾਇਆ ਕਰਦੇ ਸੀ, ਅੱਜ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਅੰਦਾਜ਼ ਜਥੇ ਦੇ ਰੂਪ ਵਿੱਚ ਸੰਗਤਾਂ ਨੇ ਪਹਿਲੀ ਵਾਰ ਤੁਸੀਂ ਦਰਸ਼ਨ ਦੀਦਾਰੇ ਕੀਤੇ ਸਾਡੇ।
ਗੁਰੂ ਪਾਤਸ਼ਾਹ ਕਿਰਪਾ ਕਰੇ ਸਮੁੱਚੇ ਨਗਰ ਨੂੰ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਨਾਮਦਾਨ ਤੇ ਗੁਰੂ ਪਿਆਰੇ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਆਪਣੇ ਦਰ ਤੇ ਢਾਡੀ ਹੋਣ ਦਾ ਮਾਣ ਬਖਸ਼ਿਆ ਧੰਨਵਾਦ ਸਮੁੱਚੇ ਨਗਰ ਪਡੋਰੀ ਪਗੂੜੇ ਦੀ ਸਾਧ ਸੰਗਤ ਦਾ ਇਲਾਕੇ ਦੀ ਸੰਗਤ ਦਾ ਕਿਉਂਕਿ ਇਲਾਕੇ ਤੋਂ ਕਾਫੀ ਸ਼ਖਸੀਅਤਾਂ ਆਣ ਕੇ ਬੈਠੀਆਂ ਨੇ ਉਹਨਾਂ ਦਾ ਵੀ ਧੰਨਵਾਦ ਧੰਨਵਾਦ ਜਿਨ੍ਹਾਂ ਨੇ ਇਸ ਬਾਬਾ ਜਵਾਹਰ ਦਾਸ ਜੀ ਦੇ ਸਥਾਨਾਂ ਦੇ ਉੱਤੇ ਗੁਰੂ ਪਿਆਰਿਓ ਅਖੰਡ ਜਾਪ ਪ੍ਰਾਪਤ ਕਰਾਏ ਨੇ ਆਓ ਰਲ ਮਿਲ ਕੇ ਆਓ ਅਰਦਾਸ ਕਰੀਏ ਸੁੱਖਾਂ ਦੁੱਖਾਂ ਵਿੱਚ ਦਾਦਾ ਗੁਰੂ ਪਿਆਰਿਓ ਇਤਿਹਾਸ ਦੀ ਸਾਂਝ ਕਰਦਿਆਂ ਕਵਿਤਾ ਬੋਲਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ ਸੰਗਤਾਂ ਇੱਕੀ ਬਿਸਬੇ ਹੈ ਬਖਸ਼ਣ ਯੋਗ ਹੈ ਮੇਰਾ ਦਾਤਾ ਬਖਸ਼ੰਦ ਹੈ ਕਿਉਂਕਿ ਸਮਾਂ ਬਹੁਤ ਹੋ ਗਿਆ ਹੁਣ ਬਹੁਤੀਆਂ ਗੱਲਾਂ ਵਿੱਚ ਨਾਮ ਪੈਂਦਾ ਹੋਇਆ ਆਖਰ ਦੇ ਵਿੱਚ ਸਾਰੀ ਸੰਗਤ ਨੇ ਗੱਜ ਵੱਜ ਕੇ ਫਤਿਹ ਬੁਲਾਉਣੀ ਹੈ ਸਮੁੱਚੀ ਸੰਗਤ ਦਾ ਜਿੱਥੇ ਸਾਹਿਬਾਂ ਦਾ ਧੰਨਵਾਦ ਸਮੁੱਚੀ ਸੰਗਤ ਦਾ ਧੰਨਵਾਦ ਸਾਡੇ ਕੋਲ ਮਹਿੰਤਾ ਪਿੰਡਰਾਂ ਤੋਂ ਗੁਰੂ ਦੇ ਸਿੰਘ ਆਏ ਹੋਏ ਨੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕਿਉਂਕਿ ਇਹੋ ਜਿਹੇ ਚਿਹਰੇ ਕਿਉਂਕਿ ਚੜ੍ਹਦੀ ਕਲਾ ਦੇ ਵਿਰੇਸ਼ ਨੇ ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਸਮੁੱਚੀ ਸੰਗਤ ਨੂੰ ਚੜ੍ਹਦੀਆਂ ਕਲਾ ਮੇਰਾ ਸਾਥ ਨਿਭਾ ਰਹੇ ਸਨ ਵੀਰ ਪਰਸ਼ੋਤਮ ਸਿੰਘ ਜੀ ਖਾਲਸਾ ਵੀਰ ਹਰਪ੍ਰੀਤ ਸਿੰਘ ਜੀ ਖਾਲਸਾ ਵੀਰ ਰਛਪਾਲ ਸਿੰਘ ਜੀ ਖਾਲਸਾ ਆਓ